ਵਾਡੀ ਸਾਰੀ ਗੱਲ ਸਾਰਨ ਮਫਤ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਵੱਡਾ 247 ਦੇ YouTube ਚੈਨਲ ਦੇਤੇ ਸ਼ਾਮ ਦੇ ਬੱਜ ਚੁੱਕੇ ਨੇ ਜੀ 4 ਤੇ 4 ਵਜੇ ਹੁੰਦੀ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਇਹ ਪੰਜਾਬ ਜੀਕੇ ਦੀ ਕਲਾਸ ਸਾਰੇ ਇਗਜ਼ਾਮ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਤਾਂ ਕਰਦੇ ਹਾਂ ਸ਼ੁਰੂਆਤ ਚਾਹੇ ਉਹ ਸਾਰੇ ਇਗਜ਼ਾਮ ਦਾ ਮਤਲਬ ਹੈ ਜਿੰਨੇ ਵੀ ਹੁਣ ਇਗਜ਼ਾਮ ਆਉਣ ਵਾਲੇ ਨੇ ਅ ਕਿੱਥੇ ਜਿੰਨੇ ਵੀ ਹੋਰ ਇਗਜ਼ਾਮ ਆਉਣ ਵਾਲੇ ਨੇ ਚਾਹੇ ਤੁਸੀਂ ਪੰਜਾਬ ਪੁਲਿਸ ਦੀ ਗੱਲ ਕਰ ਲਓ ਚਾਹੇ ਵੀਡੀਓ ਦੀ ਗੱਲ ਕਰ ਲਓ ਕਲਰਕ ਦੀ ਗੱਲ ਕਰ ਲਓ ਨੈਬ ਤਹਿਸੀਲਦਾਰ ਦੀ ਗੱਲ ਕਰ ਲਓ ਜਿੰਨੇ ਵੀ ਹੋਰ ਪੇਪਰ ਆਉਣੇ ਨੇ ਉਹਨਾਂ ਸਾਰਿਆਂ ਦੇ ਲਈ ਵਾਲਾ ਜਿਹੜਾ ਕਲਾਸ ਬਹੁਤ ਹੀ ਜ਼ਿਆਦਾ ਹੈ ਇੰਪੋਰਟੈਂਟ ਕਰੀਏ ਜੀ ਕਲਾਸ ਨੂੰ ਸਟਾਰਟ ਫਿਰ ਚਲੋ ਤੇ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਠੀਕ ਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਵੀ ਕਰ ਦਿਓ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਆਪਾਂ ਵਧੀਆ ਜੀ ਠੀਕ ਠਾਕ ਕੈਮ ਹਾਂ ਕੈਮੋ ਕੈਮ ਚਲੋ ਜੀ ਤੇ ਜੇ ਅ ਇਸ ਕਲਾਸ ਦੀ ਪੀਡੀਫ ਚਾਹੀਦੀ ਹੈ ਤਾਂ ਤੁਸੀਂ ਇਸ ਟੈਲੀਗ੍ਰ ਹਾਂ ਓਕੇ ਓਕੇ ਤਾਂ ਤੁਸੀਂ ਇਸ ਲਿੰਕ ਦੇ ਉੱਤੇ ਜਾ ਕੇ ਲਿੰਕ ਤੁਹਾਨੂੰ ਮਿਲੂਗਾ ਡਿਸਕ੍ਰਿਪਸ਼ਨ ਦੇ ਵਿੱਚ ਐਪ ਇੰਸਟਾਲ ਕਰ ਲਿਓ ਕੱਲ ਦੀ ਕਲਾਸ ਦੀ ਤੇ ਅੱਜ ਦੀ ਕਲਾਸ ਦੀ ਇਕੱਠੀ ਹੀ ਮੈਂ ਪੀਡੀਫ ਪਾ ਦੂੰਗਾ ਕੱਲ ਵਾਲੀ ਵੀ ਹਜੇ ਨਹੀਂ ਪਾਈ ਕੱਲ ਵਾਲੀ ਵੀ ਜ਼ਰੂਰ ਪਾਉਂਗਾ ਤੇ ਅੱਜ ਵਾਲੀ ਵੀ ਜ਼ਰੂਰ ਪਾ ਦੂੰਗਾ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਠੀਕ ਹੈ ਚਲੋ ਜੀ ਸਰਜੀ ਡਾਟਾ ਐਂਟਰੀ ਹਾਂਜੀ 3 ਵਜੇ ਸ਼ਾਇਦ ਲੱਗੀ ਨਹੀਂ 3 ਵਜੇ ਦੀ ਮੇਬੀ ਉਹ ਛੁੱਟੀ ਤੇ ਹੋਣਗੇ ਜਾਂ ਫਿਰ ਹਾਂ ਚਲੋ ਫਿਰ ਕਰਦੇ ਆ ক্লাস ਦੀ ਸ਼ੁਰੂਆਤ ਤੇ ਪਹਿਲਾ ਕੁਐਸਚਨ ਇਹ ਕੁਐਸਚਨ ਪਿਛਲੀ ਕਲਾਸ ਦਾ ਆਪਣਾ ਲਾਸਟ ਕੁਐਸਚਨ ਸੀਗਾ ਲੋ ਜੀ ਫਿਰ ਕਰੋ ਇਸ ਕੁਐਸਚਨ ਦਾ ਆਨਸਰ ਮੇਰੀ ਕਲਾਸ ਇੱਕ ਤਰੀਕ ਤੋਂ ਵਾਜੀ ਪੇੜ ਹਾਂ ਗੁਰਵਿੰਦਰ ਉੱਥੇ ਵੀ ਕਰਦਾਂਗੇ ਜੀ ਕਰਦਾਂਗੇ ਕਰਨਾ ਸੱਸੀ ਕਾ ਸਰ ਮੇਰੇ ਕੋਲ ਫਾਈਨੈਂਸ਼ਲ ਅਕਾਊਂਟ ਦਾ ਨਹੀਂ ਉਹ ਚਾਹੀਦਾ ਆਪਾਂ ਨੂੰ ਕੰਪਿਊਟਰ ਦਾ ਜੀ ਲੋ ਜੀ ਆਪਾਂ ਕੱਲ ਕੁਐਸਚਨ ਕੀਤਾ ਸੀਗਾ ਕੱਲ ਵਾਲੀ ਕੁਐਸਚਨ ਦਾ ਲਾਸਟ ਕੱਲ ਵਾਲੀ ਕਲਾਸ ਦਾ ਲਾਸਟ ਕੁਸਚਨ ਹੈ ਕਹਿੰਦੇ ਗੁਰਦੁਆਰਾ ਬੋਲੀ ਸਾਹਿਬ ਕਿੱਥੇ ਸਿਚੁਏਟਡ ਹੈ ਤਾਂ ਆਨਸਰ ਬਿਲਕੁਕੁਲ ਸਹੀ ਹੈ ਜੀ ਤਰਨਤਨ ਸਾਈਵੇਕ ਸਿਚੁਏਟਡ ਹੈ ਤੇ ਜੋ ਸ਼ਹਿਰ ਦਾ ਨਾਮ ਕੀ ਹੈ ਕਿਸ ਨੂੰ ਆਈਡੀਆ ਹੈਗਾ ਗੋਇੰਦਵਾਲ ਸਾਹਿਬ ਉਸ ਸ਼ਹਿਰ ਦਾ ਨਾਮ ਕੀ ਹੈ ਗੋਇੰਦਵਾਲ ਸਾਹਿਬ ਤੇ ਉਹ ਪਵਿੱਤਰ ਸ਼ਹਿਰ ਜਿਹੜਾ ਆ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਸੀਗਾ ਕੁਝ ਐਕਸਟਰਾ ਪੁਆਇੰਟ ਹੈ ਜਿਹੜੇ ਤੁਸੀਂ ਨੋਟ ਕਰ ਰਹੇ ਨੇ ਨੋਟ ਕਰ ਲਓ ਜੀ ਜਿਹੜੇ ਸ਼ਹਿਰ ਚ ਬੌਲੀ ਸਾਹਿਬ ਹੈ ਗਿਆ ਕਿਹੜੇ ਗੁਰੂ ਜੀ ਨੇ ਬਸਾਈ ਸੀਗੀ ਬੌਲੀ ਸਾਹਿਬ ਕਹਿੰਦੇ ਜੀ ਤੀਜੀ ਪਾਤਸ਼ਾਹੀ ਨੇ ਤੇ ਉਹਨਾਂ ਦਾ ਨਾਮ ਹੈ ਗੁਰੂ ਅਮਰਦਾਸ ਮਹਾਰਾਜ ਜੀ ਉੱਥੇ ਗੋਇੰਦਵਾਲ ਸਾਹਿਬ ਵੀ ਸ਼ਹਿਰ ਹੈ ਸਾਡੇ ਕੋਲੇ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਸਾਇਆ ਸੀਗਾ ਤਿੰਨ ਪੁਆਇੰਟ ਜਿਹੜੇ ਮੈਂ ਐਕਸਟਰਾ ਦੱਸ ਚੁੱਕਾ ਹਾਂ ਪਲੀਜ਼ ਇਹਨਾਂ ਨੂੰ ਨੋਟ ਜ਼ਰੂਰ ਕਰ ਲਿਓ ਜੀ ਅਗਲਾ ਕੁਐਸਚਨ ਸਾਡੇ ਕੋਲ ਕਹਿੰਦੇ ਜੈਤੋ ਦਾ ਮੋਰਚਾ ਵਾਸ ਵਿਚ ਵਨ ਆਫ ਦਾ ਫੋਲੋਇੰਗ ਇਹਨਾਂ ਵਿੱਚੋਂ ਜੈਤੋ ਦਾ ਮੋਰਚਾ ਕਿਹੜਾ ਸੀਗਾ ਕਹਿੰਦੇ ਜਦੋਂ ਫੋਰ ਗੈਟਿੰਗ ਸਿੱਖ ਗੁਰਦੁਆਰਾ ਐਕਟ 1925 ਪਾਸਡ ਕਹਿੰਦੇ ਵੀ ਜੈਤੋ ਦਾ ਮੋਰਚਾ ਕਿਉਂ ਲਾਇਆ ਗਿਆ ਸੀਗਾ ਤਾਂ ਕਿ ਅਸੀਂ ਸਿੱਖ ਗੁਰਦੁਆਰਾ ਐਕਟ ਨੂੰ ਪਾਸ ਕਰਾ ਸਕੀਏ অপਸ਼ਨ ਨੰਬਰ 1 ਇਹ ਹੈਗਾ ਆ ਦੂਜਾ অপਸ਼ਨ ਕਹਿੰਦਾ ਕਿ ਜੋ ਮਹਾਰਾਜਾ ਰਿਪਦਮਨ ਸੀਗਾ ਨਾਬੇ ਵਾਲਾ ਉਹਨੂੰ ਉਹਦੀ ਗੱਦੀ ਦੁਬਾਰਾ ਦਿਵਾਉਣ ਦੇ ਲਈ ਮੋਰਚਾ ਲਾਇਆ ਗਿਆ ਸੀਗਾ ਜਾਂ ਫਿਰ ਕਹਿੰਦੇ ਜੀ ਫਾਰ ਗੈਟਿੰਗ ਪੀਪਲ ਪਲੇਨ ਦਾ ਗੁਰਦੁਆਰਾ ਗੰਗਸਰ ਜੋ ਗੈਟਿੰਗ ਪੀਪਲ ਪਲੇਨ ਹਾਂ ਗੁਰਦੁਆਰਾ ਗੰਗਸਰ ਦੇ ਲਈ ਸੀਗਾ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਸਾਨੂੰ ਪਤਾ ਸਰ ਬੀ ਜਿਹੜਾ ਜੈਤੋ ਦਾ ਮੋਰਚਾ ਸੀਗਾ ਇਹ ਰਾਜਾ ਰਿਪਦਮਨ ਜੋ ਮਹਾਰਾਜਾ ਰਿਪਦਮਨ ਸਿੰਘ ਹੋਏ ਨੇ ਉਹਨਾਂ ਨੂੰ ਗੱਦੀ ਤੇ ਦੁਬਾਰਾ ਬਿਠਾਉਣ ਦੇ ਲਈ ਲਾਇਆ ਗਿਆ ਸੀਗਾ ਐਸਜੀਪੀਸੀ ਤੇ ਅਕਾਲੀ ਦਲ ਦੁਆਰਾ ਹੁਣ ਸੋਚਣ ਵਾਲੀ ਗੱਲ ਆ ਵੀ ਇੱਕ ਰਾਜੇ ਲਈ ਮੋਰਚਾ ਕਿਉਂ ਲਾਇਆ ਹੈਨਾ ਇੱਕ ਰਾਜੇ ਦੀ ਮੋਰਚਾ ਕਿਉਂ ਲਾਇਆ ਸੀਗਾ ਕਹਿੰਦੇ ਹਾਂ ਮੈਂ ਇੱਕ ਹੋਰ ਗੱਲ ਦੱਸੀ ਆ ਵੀ ਇਹ ਮੋਰਚਾ ਲਾਇਆ ਕਿ ਇਹਨਾਂ ਨੇ ਸੀਗਾ ਐਸਜੀਪੀਸੀ ਕਿ ਇਹਨਾਂ ਨੇ SGP C ਹੁਣ SGP C ਕੌਣ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਹੀ ਕਮੇਟੀ ਹੈ ਜਿਹੜੀ 1920 ਵਿੱਚ ਬਣਦੀ ਆ 1921 ਵਿੱਚ ਰਜਿਸਟਰ ਹੁੰਦੀ ਆ ਇਹਦਾ ਕੰਮ ਕੀ ਸੀਗਾ ਕਿਉਂ ਬਣੀ ਸੀ ਇਸ ਕਰਕੇ ਬਣੀ ਸੀ ਕਿ ਅਸੀਂ ਗੁਰੂ ਘਰਾਂ ਨੂੰ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਨੂੰ ਮਹਾਂਤਾਂ ਕੋਲੋਂ ਲਿਬ੍ਰੇਟ ਕਰਵਾਉਣਾ ਮਹਾਂਤਾਂ ਕੋਲੋਂ ਆਜ਼ਾਦ ਕਰਾਉਣਾ ਆ ਕਿਉਂ ਕਿਉਂਕਿ ਜਿਹੜੇ ਮਹਾਂਤਰੇ ਉਹ ਗੁਰੂ ਘਰਾਂ ਵਿੱਚ ਬੈਠ ਕੇ ਪੁੱਠੇ ਪੁੱਠੇ ਕੰਮ ਕਰਦੇ ਨੇ ਜੀ ਪੁਆਇੰਟ ਕਲੀਅਰ ਫਿਰ ਮੈਂ ਸੋਚਦਾ ਵੀ ਓਕੇ ਸਰ ਇਹ ਤਾਂ ਗੱਲ ਸਹੀ ਆ ਪਰ ਇਹਨਾਂ ਨੇ ਰਾਜੇ ਲਈ ਕਿਉਂ ਧਰਨਾ ਦਿੱਤਾ ਸੀ 그거 ਦਾ ਕਾਰਨ ਇਹ ਸੀਗਾ ਕਿਉਂਕਿ ਰਾ ਮਹਾਰਾਜਾ ਰਿਪਦਮਨ ਸਿੰਘ ਜਿਹੜਾ ਨਾਬੇ ਵਾਲਾ ਸੀਗਾ ਇਹ ਬਹੁਤ ਜ਼ਿਆਦਾ ਸਪੋਰਟ ਕਰਦਾ ਸੀਗਾ ਐਸਜੀਪੀਸੀ ਨੂੰ ਪੈਸੇ ਦੇ ਮਾਮਲੇ ਵਿੱਚ ਵੀ ਤੇ ਧਰਨਿਆਂ ਦੇ ਮਾਮਲੇ ਦੇ ਵਿੱਚ ਵੀ ਤਾਂ ਕਰਕੇ ਫਿਰ ਇਹਨਾਂ ਨੇ ਸਪੋਰਟ ਕਰਨ ਦੇ ਲਈ ਆਏ ਸੀਗੇ ਤੇ ਐਰ ਦੀਆਂ 1925 ਦੇ ਵਿੱਚ ਇੱਕ ਕਾਨੂੰਨ ਪਾਸ ਹੁੰਦਾ ਜਿਹਨੂੰ ਅਸੀਂ ਕਹਿੰਦੇ ਐਸਜੀਪੀਸੀ ਐਕਟ ਉਸ ਕਾਨੂੰਨ ਦੇ ਅੰਡਰ ਉਸ ਕਾਨੂੰਨ ਦੇ ਅੰਡਰ ਇਹ ਅਧਿਕਾਰ ਮਿਲਿਆ ਸੀਗੇ ਐਸਜੀਪੀਸੀ ਨੂੰ ਕਿ ਅੱਜ ਤੋਂ ਬਾਅਦ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੀ ਦੇਖਭਾਲ ਮਹੰਤ ਨਹੀਂ ਕਰਨਗੇ ਉਹਨਾਂ ਦੀ ਦੇਖਭਾਲ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਜੀ डन ਕਿਸੇ ਨੂੰ ਕੋਈ ਡਾਊਟ ਹੋਵੇ ਇੱਥੇ ਤੱਕ ਜੇ ਕਲੀਅਰ ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦਿਓ ਜੀ ਓਕੇ ਸਾਡੀ ਵਾਜਾ ਕੱਟਾ ਦਿੱਤਾ ਵਧਾਈਆਂ ਤੈਨੂੰ ਹਰਪੀ ਸਿੰਘ हां कल एक का अपने स्टूडेंट ਦਾ ਬਰਥਡੇ ਸੀਗਾ ਉਹਨੂੰ ਮੈਂ ਕੱਲ ਵਿਸ਼ ਨਹੀਂ ਕਰ ਪਾਇਆ ਅੱਜ ਉਹਨੂੰ ਵਿਸ਼ ਕਰਦੇ ਆ ਉਹਦਾ ਨਾਮ ਸੀਗਾ ਕੁਝ ਬਲੌਗਰ ਕਰਕੇ ਸੀਗਾ ਸੁਖ ਬਲੌਗਰ ਸ਼ੈਲ ਜੀ ਮੈਂ ਗਲਤ ਨਹੀਂ ਹੈਗਾ ਤਾਂ ਭਾਈ ਸੁਖ ਬਲੌਗਰ ਹਨਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਕੱਲ ਮੈਂ ਤੈਨੂੰ ਨਹੀਂ ਵੱਡੇ ਵਿਸ਼ ਕਰ ਪਾਇਆ ਤੇ ਉਮੀਦ ਆ ਤੂੰ ਤੰਦਰੁਸਤ ਹੋਏਗਾ ਭਾਈ ਪਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੂਗਾ ਤੇ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਆਪਦੇ ਸੁਪਨੇ ਲਈ ਮਿਹਨਤ ਕਰਦੇ ਰਹੋ ਜੀ ਅਗਲਾ ਕੁਐਸਚਨ ਸਾਡੇ ਕੋਲ ਆ ਹਰਪ੍ਰੀਤ ਨੂੰ ਵਧਾਈਆਂ ਤੇ ਉਹਨਾਂ ਦੀ ਮੱਝ ਸੂਹੀ ਕਹਿੰਦੇ ਕੱਟਾ ਦੇ ਦਿੱਤਾ ਜੀ ਚਲੋ ਜੇ ਅਗਲਾ ਕੁਐਸਚਨ ਕਹਿੰਦੇ ਹੂ ਵਾਸ ਆਲਸੋ ਕਾਲਡ ਦਾ ਇੰਡੀਅਨ ਮਕੀਆਵਿ ਇੰਡੀਅਨ ਮਕੀਆਵਿ ਅਸੀਂ ਕਿਹਨੂੰ ਕਹਿੰਦੇ ਆ ਜੀ ਕੌਟਲਿਆ ਨੂੰ ਵਿਸ਼ਾਖਾਦੱਤ ਨੂੰ ਮਗੇਸਟਨੀਜ਼ ਨੂੰ ਜਾਂ ਫਿਰ ਚੰਦਰਗੁਪਤ ਮੌਰਿਆ ਨੂੰ ਕਹਿੰਨੇ ਕਹਿੰਨੇ ਆ ਅਸੀਂ ਕਿਹਨੂੰ ਕਹਿੰਦੇ ਸੀ ਇੰਡੀਅਨ ਮਕੀਆਵਿ ਲੌਜੀਕ ਕਰੋ ਫਿਰ ਇਸ ਕੁਐਸਚਨ ਦਾ ਆਨਸਰ ਸ਼ਾਬਾਸ਼ ਹਾ ਸੁਖ ਬਲੌਗਰ ਸੀ ਗੱਲ ਮੇਰੇ ਯਾਦ ਆ ਜੇ कल से उन्होंने बिल्कुल लास्ट ही दसा करके मेथों नहीं विश किया गया बड़ा मैं बाद कमेंट किया शेरा रहे। लो जी शाहबाश करो जी करो 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 कौटलिया कहने जी कोटलिया कहने की कहने इंडियन मकैलवी कोटलिया इस ਕਰੈਕਟ ਆਨਸਰ ਮੈਗੈਸਥਨੀਜ਼ ਨਹੀਂ ਸੀਗਾ ਕਟਲਿਆ ਸੀਗਾ ਭਾਈ ਗਲਤ ਕਿਉਂ ਕਰ ਲਿਆ ਜਿਹਨਾਂ ਨੇ ਸੀ ਕੀਤਾ ਉਹਨਾਂ ਦਾ ਗਲਤ ਆ ਅੱਗੇ ਤੋਂ ਗਲਤ ਨਹੀਂ ਕਰਨਾ ਕਟਲਿਆ ਉਹੀ ਆ ਇਹਨੂੰ ਵਿਸ਼ਨੂ ਗੁਪਤ ਕਹਿੰਦੇ ਸੀਗੇ ਕਟਲਿਆ ਉਹੀ ਆ ਜਿਹੜਾ ਚੰਦਰ ਗੁਪਤ ਮੌਰਿਆ ਦਾ ਗੁਰੂ ਵੀ ਰਹਾ ਆ ਕਟਲਿਆ ਹੈ ਜੀ ਉਹੋ ਵਿਸ਼ਨੂ ਗੁਪਤ ਕਟਲਿਆ ਚਣਕਿਆ ਵੀ ਇਹਨੂੰ ਕਹਿੰਦੇ ਸੀਗੇ ਉਹ ਸਾਰੇ ਉਹੀ ਨਾਮ ਨੇ ਚਣਕਿਆ ਵੀ ਇਹਨੂੰ ਹੀ ਕਹਿੰਨੇ ਹਾਂ ਠੀਕ ਆ ਚੱਲੀਏ ਅਗਲੇ ਕੁਐਸਚਨ ਦੇ ਉੱਤੇ ਲੋਸਰ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਕਹਿੰਦੇ ਵੈਨ ਵਾਸ ਕੋਲਕੱਤਾ ਹਾਈ ਕੋਰਟ ਐਸਟੈਬਲਿਸ਼ ਕੋਲਕੱਤਾ ਹਾਈ ਕੋਰਟ ਕਦੋਂ ਬਣਾਇਆ ਗਿਆ ਸੀਗਾ 1862 ਦੇ ਵਿੱਚ 1895 ਵਿੱਚ 1889 ਦੇ ਵਿੱਚ ਜਾਂ ਫਿਰ 1876 ਦੇ ਵਿੱਚ ਹਾਂਜੀ ਕਦੋਂ ਬਣਾਏਗੇ ਸੀਗਾ ਕੋਲਕਾਤਾ ਹਾਈ ਕੋਰਟ ਆਨਸਰ ਹੈ 1862 ਇਜ਼ ਦਾ கரੈਕਟ ਆਨਸਰ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਕਹਿੰਦੇ ਕਿਹੜੇ ਡਿਸਟ੍ਰਿਕਟ ਨੂੰ ਅਸੀਂ ਵਾਈਟ ਗੋਲਡ ਦੇ ਨਾਮ ਨਾਲ ਜਾਣਦੇ ਹਾਂ ਕਿਹੜੇ ਜ਼ਿਲ੍ਹੇ ਦਾ ਏਰੀਆ ਵਾਈਟ 골ਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨਾ ਵਾਈਟ 골ਡ ਕਿਉਂ ਕਹਿੰਦੇ ਆ ਕਿਉਂਕਿ ਉੱਥੇ ਕਾਟਨ ਬਹੁਤ ਜ਼ਿਆਦਾ ਹੁੰਦੀ ਆ ਵਾਈ ਵਾਈਟ 골ਡ ਬਿਕੋਜ਼ ਆਫ ਦਾ ਕਾਟਨ ਕਿਉਂਕਿ ਉੱਥੇ ਕਾਟਨ ਬਹੁਤ ਜ਼ਿਆਦਾ ਹੁੰਦੀ ਆ ਜੀ ਤੇ ਸਾਨੂੰ ਪਤਾ ਹੈ ਸਰ ਕਾਟਨ ਦਾ ਜਿਹੜਾ ਜ਼ਿਆਦਾ ਖੇਤੀ ਕਿੱਥੇ ਹੁੰਦੀ ਆ ਹਾਂ ਭਾਈ ਮਾਨਸੇ ਵਾਲਿਓ ਹਾਂ ਮਾਨਸੇ ਵਾਲਿਓ ਕਿੱਦਾਂ ਫਿਰ ਕਹਿੰਦੇ ਸਰ ਮਾਨਸਾ ਇਸ ਦਾ ਕਰੈਕਟ ਆਨਸਰ ਮਾਨਸਾ ਬਿਲਕੁਲ ਸਹੀ ਆਨਸਰ ਹੈ ਚਲਿਏ ਅੱਗੇ ਇੱਕ ਵਾਰ ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ 400 ਸਟੂਡੈਂਟ ਨੇ ਲਾਈਕ ਜ਼ਰੂਰ ਕਰ ਦਿਓ ਉਹਨਾਂ ਨੂੰ ਮੈਂ ਦੋ ਸ਼ਬਦ ਕਹਿਣਾ ਚਾਹੂੰਗਾ ਕਾਟੋ ਕਾਤੋਂ ਹੈ ਕਾਟੋ ਕਾਤੋਂ ਇਹ ਕੋਈ ਗਲਤ ਨਹੀਂ ਸਜਣਾ ਚੁੱਪ ਮਸਲੇ ਦਾ ਹਾਲਤ ਨਹੀਂ ਸਜਣਾ 400 ਬੱਚੇ ਲਾਈਕ ਕਿਉਂ ਨਹੀਂ ਕਰ ਰਹੇ ਕੀ ਚੱਕਰ हां ਮਨੋਸਾ ਦਾ ਡਿਸਟ੍ਰਿਕਟ ਮਾਨਸਾ ਹੈ ਮੂਸੀਆਲ ਦਾ ਪਿੰਡ ਮਾਨਸਾ ਹੈ ਤਖਤ ਸ੍ਰੀ ਪਟਨਾ ਸਾਹਿਬ ਕਿਹੜੀ ਨਦੀ ਉੱਤੇ ਸਿਚੁਏਟਿਡ ਹੈ ਇੱਕ ਵਾਰ ਮੈਨੂੰ ਕਲਾਸ ਵੀ ਬੱਚੇ ਨੇ ਪੁੱਛਿਆ ਸੀਗਾ इवन ਮੈਨੂੰ ਇੰਸਟਾ ਤੇ ਵੀ ਮੈਸੇਜ ਕਰਕੇ ਪੁੱਛਿਆ ਕਿ ਸਰ ਪਟਨਾ ਸਾਹਿਬ ਕਿਹੜੀ ਨਦੀ ਦੇ ਉੱਤੇ ਹੈ ਤੇ ਓਬਵੀਅਸ ਚਾਰ ਆਪਸ਼ਨ ਨੇ ਤਿਸਤਾਰੀ ਵਾ ਰਣਜੀਤ ਰਿਵਰ ਸੋਨ ਰਿਵਰ ਜਾਂ ਫਿਰ ਗੰਗਾ ਰਿਵਰ ਤੇ ਉਹ ਬੱਚੇ ਨੂੰ ਇਹ ਡਾਊਟ ਸੀਗਾ ਵੀ ਸਰ ਗੰਗਾ ਰਿਵਰ ਆਊਗੀ ਕਿ ਸੋਨ ਰਿਵਰ ਆਊਗੀ ਫਿਰ ਮੈਂ ਉਹਦਾ ਡਾਊਟ ਕਲੀਅਰ ਕੀਤਾ ਸੀਗਾ ਕਿ ਨਾ ਭਾਈ ਗੰਗਾ ਰਿਵਰ ਆਊਗੀ ਸਾਡੇ ਟਿੱਡੇ ਨੂੰ ਵੀ ਹੈਗਾ ਹਜੇ ਥੋੜਾ ਕਨਫਿਊਜ਼ਨ ਇਹ ਵੀ ਗਲਤ ਦੱਸ ਰਿਹਾ ਆ ਸੋਨ ਰਿਵਰ ਨਹੀਂ ਆਉਗੀ ਗੰਗਾ ਰਿਵਰ ਹੀ ਆਉਗੀ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਨਸਰ ਕੀ ਸਹੀ ਹੈ ਗੰਗਾ ਬਿਲਕੁਲ ਸਹੀ ਹੈ ਇਹਨੂੰ ਥੋੜਾ ਵਹਿਮ ਸੀਗਾ ਇਹਨੇ ਵੀ ਤਾਂ ਹੀ ਗਲਤ ਕਰ ਦਿੱਤਾ ਸੀਗਾ ਚਲਿਏ ਲਓ ਸਰ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਜੀ ਅਗਲਾ ਕੁਐਸਚਨ ਦਾ ਹਰਪਨ ਸਾਈਟ ਜਿਹੜੀ ਰੋਪੜ ਆ ਇਸ ਸਿਚੁਏਟਡ ਔਨ ਦਾ ਬੈਂਕ ਆਫ ਦਾ ਵਿਚ ਰਿਵਰ ਹਰੱਪਾ ਦੇਖੋ ਹੜੱਪਾ ਕੀ ਆ ਆਪਾਂ ਕਹਿੰਦੇ ਹੜੱਪਨ ਸਾਈਟ ਹੜੱਪਾ ਹੜੱਪਾ ਤੇ ਨੂੰ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਹਿੰਦੇ ਆ ਇੰਡਸ ਵੈਲੀ ਸਿਵਲਾਈਜੇਸ਼ਨ ਹੁਣ ਕਿਉਂ ਦੋਨੋਂ ਹੀ ਨਾਮ ਨੇ ਆਪਣੇ ਪਿੰਡਾਂ 'ਚ ਨਹੀਂ ਹੁੰਦਾ ਵੀ ਜਿਵੇਂ ਫਲਾਨਿਆਂ ਦਾ ਲਾਣਾ ਜਾਂ ਪਰਿਵਾਰ 'ਚ ਕੀ ਹੁੰਦਾ ਆ ਫੋਰ ਐਗਜ਼ਾਮਪਲ ਕਿਸੇ ਫੈਮਿਲੀ ਦੇ ਤਿੰਨ ਬੱਚੇ ਆ ਆਪਾਂ ਕੀ ਕਰਦੇ ਆ ਜਿਹੜਾ ਸਭ ਤੋਂ ਵੱਡਾ ਬੇਟਾ ਹੋਵੇ ਉਹਦੇ ਨਾਂ ਤੇ ਕਹਿੰਦੇ ਆ ਫਲਾਨੇ ਦੇ ਡੈਡੀ ਬਾਕੀਆਂ ਦਾ ਵੀ ਤਾਂ ਹੈਗਾ ਹੀ ਉਹਨੂੰ ਤਾਂ ਵੀ ਨਾਮ ਲੈ ਦੋ ਇਦਾਂ ਹੀ ਕਹਿੰਦੇ ਕੀ ਹੁੰਦਾ ਆ ਹੜੱਪਾ ਉਹ ਪਹਿਲੀ ਸਾਈਟ ਸੀਗੀ ਜਿਹੜੀ ਲੱਭੀ ਗਈ ਸੀ ਇੱਥੇ ਠੀਕ ਹੈ ਜੀ ਜਿਹੜੀ ਹੜੱਪਾ ਸੀਗੀ ਉਹ ਪਹਿਲੀ ਸਾਈਟ ਸਗੀ ਜਿਹੜੀ ਲੱਭੀ ਗਈ ਪਹਿਲਾ ਸ਼ਹਿਰ ਸਿਗਾ ਪਹਿਲੀ ਜਗ੍ਹਾ ਸਿਗੀ ਜਿਹੜੀ ਲੱਭੀ ਗਈ ਆ ਤਾਂ ਕਰਕੇ ਆਪਾਂ ਇਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਹਿ ਦਿੰਦੇ ਆ ਸੌਰੀ ਹੜੱਪਨ ਹਾਂ ਹੜੱਪਨ ਸਿਵਲਾਈਜੇਸ਼ਨ ਜਾਂ ਫਿਰ ਇੰਡਸ ਵੈਲੀ ਸਿਵਲਾਈਜੇਸ਼ਨ ਠੀਕ ਹੈ ਤੇ ਇਹਦੀਆਂ ਕਹਿੰਦੇ ਇੱਕ ਸਾਈਟ ਆ ਇਹਦੀ ਰੋਪੜ ਉਹ ਕਿਹੜੀ ਰੀਵਰ ਦੇ ਕਿਨਾਰੇ ਤੇ ਹੈ ਕਹਿੰਦੇ ਜੀ ਸਤਲੁਜ ਨਦੀ ਦੇ ਕਿਨਾਰੇ ਤੇ ਹੈ ਕਿਹੜੀ ਸਟੇਟ ਚ ਸਰ ਇਹ ਤਾਂ ਪੰਜਾਬ ਚ ਆ ਜੀ ਕਿੱਥੇ ਹੈ ਪੰਜਾਬ ਚ ਹੈ डन ਚਲਿਏ ਅੱਗੇ ਚੱਲੀਏ ਹੁਣ ਜੇ ਕੋਈ ਪੁੱਛੇ ਨਾ ਕਿ ਹੜੱਪਨ ਸਿਵਲਾਈਜੇਸ਼ਨ ਨੂੰ ਅਸੀਂ ਹੋਰ ਕੀ ਕਹਿੰਦੇ ਆ ਇਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਆ ਐਗਜ਼ਾਮ ਚ ਆਇਆ ਸੀਗਾ ਸ਼ਾਇਦ ਪਟਵਾਰੀ ਦੇ ਹਣਾ ਪਟਵਾਰੀ ਦੇ ਚ ਆਇਆ ਸੀਗਾ ਤੇ ਬੱਚੇ ਗਲਤ ਕਰਕੇ ਆਏ ਸੀਗੇ ਪਤਾ ਨਹੀਂ ਕਿਉਂ ਆਪਾਂ ਤਾਂ ਹਰੇਕ ਵਾਰ ਦੱਸ ਦਿਆਂ ਕਿ ਭਈਆ ਕੁਐਸਚਨ ਦਾ ਆਨਸਰ ਇਦਾਂ ਬਣਨਾ ਆ ਫਿਰ ਵੀ ਬੱਚੇ ਗਲਤ ਕਰਕੇ ਆਏ ਸੀਗੇ ਕੋਈ ਚੱਕਰ ਨਹੀਂ ਅਗਲੀ ਵਾਰ ਗਲਤ ਨਹੀਂ ਕਰਨਗੇ ਆ ਲੋ ਜੀ ਇੱਕ ਮੈਪ ਬਹੁਤ ਸੋਹਣਾ ਆ ਆ ਹੈਗਾ ਸਾਡੇ ਕੋਲੇ ਰੋਪੜ ਸ਼ਹਿਰ ਜਿਹੜਾ ਕਿ ਸਾਨੂੰ ਸਤਲੁਜ ਨਦੀ ਦੇ ਕਿਨਾਰੇ ਮਿਲਦੇ ਆ ਆਰਿਆ ਹੜੱप्पा ਸ਼ਹਿਰ ਇਹ ਸਾਨੂੰ ਰਾਵੀ ਨਦੀ ਦੇ ਕਿਨਾਰੇ ਮਿਲਦਾ ਹੈ ਨੋਟ ਕਰ ਲਓ ਭਾਈ ਰਾਵੀ ਨਦੀ ਦੇ ਕਿਨਾਰੇ ਆਰਿਆ ਸਾਡੇ ਕੋਲੇ ਮੋਹਨਜਦਾਰੋ ਜਿਹੜਾ ਇੰਡਸ ਨਦੀ ਦੇ ਕਿਨਾਰੇ ਸਾਨੂੰ ਦੇਖਣ ਨੂੰ ਮਿਲਦਾ ਆ ਉਸ ਤੋਂ ਬਾਅਦ ਸਾਡੇ ਕੋਲੇ ਚਾਨੂਦਾਰੋ ਇਹ ਵੀ ਸਾਨੂੰ ਇੰਡਸ ਰਿਵਰ ਦੇ ਕਿਨਾਰੇ ਦੇਖਣ ਨੂੰ ਮਿਲਦਾ ਆ ਹੜੱप्पा ਮੋਹਨਜਦਾਰੋ ਚਾਨੂਦਾਰੋ ਇਹ ਤਿੰਨੋਂ ਤੇ ਤਿੰਨੋਂ ਪਾਕਿਸਤਾਨ ਵਿੱਚ ਨੇ ਮੈਂ ਇੰਡੀਆ ਦੀ ਗੱਲ ਕਰਾਂ ਤਾਂ ਇੰਡੀਆ ਦੇ ਵਿੱਚ ਸਾਡੇ ਕੋਲੇ ਗੁਜਰਾਤ ਦੇ ਵਿੱਚ ਹੈਗਾ ਆ ਧੋਲਵੀਰਾ ਲੋਥਲ ਇਹ ਸਾਡੇ ਕੋਲੇ ਹੈ ਜੀ ਗੁਜਰਾਤ ਵਿੱਚ ਇੰਡੀਆ ਦੇ ਦੋ ਕਾਲੀ ਬੰਗਾ ਇੰਡੀਆ ਦੇ ਰਾਜਸਥਾਨ ਦੇ ਵਿੱਚ ਹੈ ਰਾਖੀ ਗੜੀ ਇੰਡੀਆ ਦੇ ਹਰਿਆਣੇ ਦੇ ਵਿੱਚ ਹੈ ਤੇ ਰੋਪੜ ਦੀ ਸਾਈਟ ਇੰਡੀਆ ਦੇ ਪੰਜਾਬ ਦੇ ਵਿੱਚ ਹੈ ਜੀ ਕਲੀਅਰ ਕਰ ਲਿਆ ਜੀ ਨੋਟ ਚੱਲੀਏ ਅਗਲੇ ਕੁਐਸਚਨ ਤੇ ਚਲੋ ਜੀ ਅਗਲਾ ਬੱਚੇ ਤੁਸੀਂ ਇੱਥੋਂ ਪੜ੍ਹੋਏ ਤੁਹਾਡੇ ਲਈ ਵੀ ਹੈਗੀਆਂ ਨੇ ਜਿਹੜੇ ਆਪਣੇ ਨੈਪ ਤਹਿਸੀਲਦਾਰ ਵਾਲੇ ਨੇ ਤੁਹਾਡੇ ਲਈ ਵੀ ਕੁਐਸਚਨ ਇੱਥੋਂ ਮਿਲ ਜਾਣਗੇ ਜੀ ਠੀਕ ਹੈ ਅਗਲਾ ਕੁਐਸਚਨ ਸਾਡੇ ਕੋਲ ਕਹਿੰਦੇ ਅਲੈਗਜ਼ੈਂਡਰ ਫੋਰਟ ਵਿਦ ਵਿਚ ਕਿੰਗ ਇਨ ਦਾ ਪੰਜਾਬ ਪੰਜਾਬ ਦੇ ਵਿੱਚ ਅਲੈਗਜ਼ੈਂਡਰ ਕਿਹੜੇ ਰਾਜੇ ਨਾਲ ਲੜਨ ਆਇਆ ਸੀਗਾ ਕਹਿੰਦੇ ਜੀ ਰਾਜਾ ਅੰਬੀ ਦੇ ਨਾਲ ਜਾਂ ਫਿਰ ਪੋਰਸ ਦੇ ਨਾਲ ਜਾਂ ਫਿਰ ਆਨੰਦਪਾਲ ਦੇ ਨਾਲ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਅਲੈਗਜ਼ੈਂਡਰ ਕਿਹਦੇ ਨਾਲ ਜਿਸ ਨੂੰ ਸੀ ਕਹਿੰਦੇ ਅਲੈਗਜ਼ੈਂਡਰ ਆਇਆ ਸੀਗਾ ਹੈਨਾ ਹਜੇ ਕੋਈ ਨੋਟਿਸ ਨਹੀਂ ਆਇਆ ਬੱਚੇ ਸਬ ਇੰਸਪੈਕਟਰ ਦਾ ਬਸ ਇਨਾ ਕਾਇਆ ਆ ਵੀ ਜਿਹੜਾ ਪੇਪਰ ਉਹ ਜੂਨ ਦੇ ਤੀਜੇ ਹਫਤੇ ਵਿੱਚ ਹੋ ਸਕਦਾ ਸ਼ਾਬਾਸ਼ অপਸ਼ਨ ਨੰਬਰ ਬੀ ਕਹਿੰਦੇ ਪੋਰਸ ਨਾਲ ਲੜਿਆ ਸੀਗਾ ਕਿਹਦੇ ਨਾਲ ਪੋਰਸ ਦੇ ਨਾਲ ਵੈਰੀ ਗੁੱਡ ਥੋੜੀ ਆਪਾਂ ਡਿਟੇਲ ਪੜ੍ਹ ਕੇ ਦੇਖੀਏ ਬਹੁਤ ਇੰਪੋਰਟੈਂਟ ਪੁਆਇੰਟ ਆ ਇਹਦੇ ਵਿੱਚੋਂ ਕਈ ਵਾਰ ਇਗਜ਼ਾਮ ਦੇ ਵਿੱਚ ਕੁਐਸਚਨ ਬਣ ਜਾਂਦਾ ਹੁੰਦਾ ਧਿਆਨ ਨਾਲ ਸੁਣਿਓ ਕਹਿੰਦੇ ਇਸ ਬੈਟਲ ਨੂੰ ਅਸੀਂ ਕੀ ਕਹਿੰਦੇ ਆ ਹਾਈਪੋਦਸਿਸ ਦੀ ਲੜਾਈ ਕਿਹੜੀ ਜੀ ਹਾਈ ਡਸ ਡਸਪੇਸ ਹਾਈਡਸਪੇਸ ਇਹ ਲੜਾਈ ਦਾ ਨਾਮ ਯਾਦ ਰੱਖਿਓ ਹਾਈਡਸਪੇਸ ਕਿਉਂ ਕਿ ਹਾਈਡਸਪੇਸ ਦਰਿਆ ਤੇ ਹੋਈ ਸੀ ਸਰ ਬੜਾ ਔਖਾ ਜੀ ਦਰਿਆ ਦਾ ਨਾਮ ਇਹ ਕਿੱਥੇ ਦਰਿਆ ਇਹ ਬੱਚੇ ਪੰਜਾਬ ਚ ਹੀ ਵੰਦਾ ਆ ਇੱਕ ਗ੍ਰੀਕ ਨਾਮ ਆ ਜੇਲਮ ਨਦੀ ਦਾ ਹਾਈ ਡਸਪੇਸ ਕਿਹਦਾ ਨਾਮ ਹੈ ਜੀ ਜੇਲਮ ਨਦੀ ਦਾ ਗ੍ਰੀਕ ਨਾਮ ਹੈ ਬੜਾ ਇੰਪੋਰਟੈਂਟ ਆ ਬੜੀ ਵਾਰ ਪੇਪਰ ਚ ਆਇਆ ਬਹੁਤ ਵਾਰ ਪੇਪਰ ਚ ਆਇਆ ਤੇ ਲੜਾਈ ਹੋਈ ਕਦੋਂ ਸੀਗੀ ਤਿੰਨ 126 BC ਦੇ ਵਿੱਚ ਇਹ ਤਿੰਨ ਪੁਆਇੰਟ ਬਹੁਤ ਹੀ ਜ਼ਰੂਰੀ ਨੇ ਕਿਹੜੇ ਕਿਹੜੇ ਪਹਿਲਾ ਪੋਰਸ ਦੇ ਅਲੈਗਜ਼ੈਂਡਰ ਲੜੇ ਸੀਗੇ ਦੂਜਾ ਕਿਹੜੀ ਨਦੀ ਦੇ ਕਿਨਾਰੇ ਲੜੇ ਸੀਗੇ ਜਿਹਨੂੰ ਅਸੀਂ ਕਹਿੰਦੇ ਹਾਈਪੋਡਿਸ ਹਾਈ ਡਸ ਸਪੇਸ ਹਾਈਡੋਸਪੇਸ ਦੇ ਕਿਨਾਰੇ ਦੇ ਉੱਤੇ ਤੇ ਤੀਜਾ ਕਹਿੰਦੇ ਇਸ ਨਦੀ ਨੂੰ ਅਸੀਂ ਜੇਲਮ ਵੀ ਕਹਿੰਦੇ ਆ ਤੇ ਇਹ ਲੜਾਈ ਕਹਿੰਦੇ 326 BC ਚ ਹੋਈ ਸੀਗੀ ਕਿਹਨੂੰ ਕਿਹਨੂੰ ਕਲੀਅਰ ਆ ਜੀ ਕਿਸੇ ਨੂੰ ਕੋਈ ਡਾਊਟ ਹੋਵੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹ एग्जाम ਦੇ ਵਿੱਚ ਆ ਸਕਦਾ ਹੈ ਤੇ ਆਲਰੇਡੀ ਆਇਆ ਵੀ ਬਹੁਤ ਬਾਰੇ ਕੁਸ਼ਣ ਚਲਿਏ ਜੀ ਅੱਗੇ ਫਿਰ ਸ਼ੈਲ ਵੀ ਮੂਵ ਚਲੋ ਸਰ ਇੰਪੋਰਟੈਂਟ ਡਾਟਾ ਬਹੁਤ ਤੁਹਾਡੇ ਕੰਮ ਆਜੂਗਾ ਕਹਿੰਦੇ ਵੇਅਰ ਇਜ਼ ਫਤਿਹ ਬੁਰਜ ਮੀਨਾਰ ਫਤਿਹ ਬੁਰਜ ਮੀਨਾਰ ਕਿੱਥੇ ਹੈ ਚੱਪੜ ਜੜੀ ਵਿੱਚ ਹੈ ਕੋਟਲਾ ਸ਼ੇਰ ਦੇ ਵਿੱਚ ਹੈ ਜਾਂ ਫਿਰ ਸਰਹੰਦ ਦੇ ਵਿੱਚ ਹੈ ਜਾਂ ਫਿਰ ਪਟਿਆਲੇ ਦੇ ਵਿੱਚ ਹੈ ਫਤਿਹ ਬੁਰਜ ਵੈਸੇ ਫਤਿਹ ਬੁਰਜ ਜਿਹੜਾ ਬਣਾਇਆ ਗਿਆ ਸੀਗਾ ਕਹਿੰਦੇ ਇਹ ਮਤਲਬ ਕਿਉਂ ਬਣਾਇਆ ਗਿਆ ਵਾਈ ਵਾਈ ਜਿੱਥੇ ਵੀ ਹੈ ਚਲੋ ਜਿੱਥੇ ਵੀ ਹੈ ਵਾਈ ਕਿਉਂ ਬਣਾਇਆ ਗਿਆ ਸੀਗਾ ਕੀ ਹਿਸਟਰੀ ਹੈ ਕਹਿੰਦੇ ਉਸ ਜਗ੍ਹਾ ਦੀ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਤੇ ਇਹ ਕਦੋਂ ਦੀ ਗੱਲ ਆ ਕਿਹੜੇ ਸਨ ਦੀ ਗੱਲ ਆ ਜਿਹੜੀ ਇਹ ਹਿਸਟਰੀ ਹੈਗੀ ਹੈ ਕਹਿੰਦੇ ਸਰਜੀ ਇਹ ਬਣਾਇਆ ਗਿਆ ਹੈ ਚੱਪੜ ਚਿੜੀ ਦੇ ਵਿੱਚ ਆਪਸ਼ਨ ਨੰਬਰ ਏ ਹੁਣ ਚੱਪੜ ਚਿੜੀ ਚ ਬਣਾਇਆ ਗਿਆ ਹੈ ਕਿੱਥੇ ਚੱਪੜ ਚਿੜੀ ਮੋਹਾਲੀ ਦੇ ਏਰੀਆ ਦੇ ਵਿੱਚ ਆ ਪਹਿਲੀ ਗੱਲ ਇਹ ਹੋ ਗਈ ਕਹਿੰਦੇ ਕਿਉਂ ਬਣਾਇਆ ਗਿਆ ਜੀ ਕਿਉਂਕਿ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਜੋ ਕਿ ਸਰਹੰਦ ਦਾ ਨਵਾਬ ਸੀਗਾ ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਨੀਹਾ ਵਿੱਚ ના ਕੇ ਸ਼ਹੀਦ ਕੀਤਾ ਸੀਗਾ ਉਹਨੂੰ ਇੱਥੇ ਸੋਦਾ ਲਾਇਆ ਸੀਗਾ ਮਤਲਬ ਉਹਨੂੰ ਮਾਰ ਕੇ ਇਸ ਜੰਗ ਨੂੰ ਜਿੱਤਿਆ ਗਿਆ ਸੀਗਾ ਸਰਹੰਦ ਦੀ ਜੰਗ ਨੂੰ ਇਹ ਲੜਾਈ ਕਹਿੰਦੇ ਹੋਈ ਸੀਗੀ 1710 ਦੇ ਵਿੱਚ ਤੇ ਇਸ ਜੰਗ ਦੇ ਵਿੱਚ ਵਜ਼ੀਰ ਖਾਨ ਨੂੰ ਉਸ ਟਾਈਮ ਤੇ ਬਾਬਾ ਫਤਿਹ ਸਿੰਘ ਹੋਈ ਸੀਗੀ ਕਿ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸੀਗੇ ਉਹਨਾਂ ਨੇ ਮਾਰਿਆ ਸੀਗਾ ਇਹਨੂੰ ਜੀ ਕਿਨੂੰ ਵਜ਼ੀਰ ਖਾਨ ਨੂੰ ਐਕਸਟਰਾ ਪੁਆਇੰਟ ਨੇ ਉਮੀਦਾਂ ਨੋਟ ਕਰ ਲਿਆ ਹੋਣਗੇ ਜੇ ਨੋਟ ਕਰ ਲਿਆ ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦਿਓ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਭਾਈ ਤੁਸੀਂ ਲਾਈਕ ਜ਼ਰੂਰ ਕਰ ਦਿਓ ਕਲਾਸ ਨੂੰ ਲਓ ਜੀ ਅਗਲਾ ਕੁਐਸਚਨ ਸਾਡੇ ਕੋਲ ਉਦੋਂ ਪਹਿਲਾਂ ਆਹ ਹੈਗਾ ਸਾਡੇ ਕੋਲੇ ਫਤਿਹ ਬੁਰਜ ਫਤਿਹ ਬੁਰਜ ਮিনার ਕਿਹਨੇ-ਕਿਹਨੇ ਦੇਖਿਆ ਜੀ ਅਸੋ ਹਾਂਜੀ ਕਿਹਨੇ ਕਿਹਨੇ ਦੇਖਿਆ ਇਹ ਕਿਸੇ ਨੂੰ ਯਾਦ ਹੈ ਦੇਖੋ ਆਪਾਂ ਕੀ ਕਰਦੇ ਆ ਇੱਕ ਕੁਐਸਚਨ ਦੇ ਨਾਲ ਉਹਦੀ ਡਿਟੇਲ ਯਾਦ ਕਰ ਲੈਨੇ ਆ ਰਿਵਾਈਜ਼ ਕਰ ਲੈਨੇ ਤਾਂ ਕਿ ਬਾਰ-ਬਾਰ 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 ਚੀਜ਼ਾਂ ਪੜਨ ਤੋਂ ਬਾਅਦ ਸਾਨੂੰ ਨਹੀਂ ਪਤਾ ਐਗਜ਼ਾਮੀਨਰ ਨੇ ਕੀ ਪੁੱਛ ਲੈਣਾ ਬਹੁਤ ਵਾਰ ਇਦਾਂ ਹੁੰਦਾ ਸ਼ਾਇਦ ਤੁਸੀਂ ਜੇ ਪੇਪਰ ਪੁਰਾਣਾ ਕੋਈ ਦਿੱਤਾ ਵੀ ਹੋਊਗਾ ਪਤਾ ਨਹੀਂ ਜਿਹੜਾ ਮੈਂ ਕੁਐਸਚਨ ਲੈ ਕੇ ਆਉਣਾ ਇਹ ਚੋਂ ਪੇਪਰ ਜਾਵੇ ਨਾ ਵੀ ਲੇਕਿਨ ਜਿਹੜੀਆਂ ਮੈਂ ਗੱਲਾਂ ਦੱਸ ਜੰਨਾ ਆ ਜਿਹੜੀਆਂ ਐਕਸਟਰਾ ਇਨਫੋਰਮੇਸ਼ਨ ਦੇ ਦੰਨਾ ਆ ਜਿਹੜੀ ਮੈਂ ਕਹਿੰਦਾ ਨੋਟ ਕਰ ਲਓ ਜਾਂ ਮੈਂ ਰਿਵੀਜ਼ਨ ਕਰਾ ਦੰਨਾ ਆ ਇਹਦੇ ਵਿੱਚੋਂ ਬੜੀ ਵਾਰ ਪੇਪਰ ਆਇ ਟਾਈਮ ਲੱਗਾ ਜਦੋਂ ਨੌਕਰੀ ਨੌਕਰੀ ਕਲੀਅਰ ਹੋ ਗਈ ਲੱਗ ਹੈ ਸਰਕਾਰੀ ਅਫਸਰ ਇੱਕ ਵਾਰ ਜਾ ਕੇ ਜ਼ਰੂਰ ਆਓ ਦੇਖ ਕੇ ਆਓ ਇਤਿਹਾਸਿਕ ਜਗ੍ਹਾ ਸਾਡੇ ਪੰਜਾਬ ਦੀ ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਟੂ ਵਿਚ ਗੁਰੂ ਸਾਹਿਬ ਡਿਡ ਮੁਗਲ ਐਂਪੀਰਰ ਅਕਬਰ ਕੇਮ ਟੂ ਮੀਟ ਐਟ ਦਾ ਗੋਇੰਦਵਾਲ ਸਾਹਿਬਾ ਕਿਹੜੇ ਗੁਰੂ ਨੂੰ ਮੁਗਲ ਅਕਬਰ ਹੈ ਮੁਗਲ ਐਂਪੀਰਰ ਦਸਾਂ ਵਿੱਚੋਂ ਕਿੰਨੇ ਸਹੀ ਹੋਏ ਆ ਆ ਤਾਂ ਮੈਂ ਹੀ ਦੱਸ ਦਿੰਦਾ ਆਦਾ ਮੈਥਡ ਸੈਗਾ ਜੀ ਉਹ ਨੋ Shivani ਸੱਚੀ ਬਹੁਤ ਮੜਾ ਹੋਇਆ ਬੱਚਾ ਫੇਤਾ ਇਹ 10ਵਾਂ ਕੁਸ਼ਨ ਆ ਆਪਣੇ ਕੋਲ ਅਕਬਰ ਹੈਗਾ ਸੀਗਾ ਠੀਕ ਠੀਕ ਅਕਬਰ ਤਾਂ ਇੱਥੇ ਸੀਗਾ ਹਾਂ ਕਹਿੰਦੇ ਗੁਰੂ ਕਿਹੜੇ ਗੁਰੂ ਜੀ ਨੂੰ ਅਕਬਰ ਮਿਲਣ ਆਇਆ ਸੀਗਾ ਦੇਖੋ ਅਕਬਰ ਮਿਲਣ ਆਇਆ ਸੀਗਾ ਮੰਨ ਲਓ ਨਹੀਂ ਵੀ ਪਤਾ ਸਾਨੂੰ ਇਹਨਾਂ ਪਤਾ ਕਿ ਜੋ ਗੋਇੰਦਵਾਲ ਸ਼ਹਿਰ ਹੈ ਉਹ ਕਿਹੜੇ ਗੁਰੂ ਜੀ ਨੇ ਬਸਾਇਆ ਸੀਗਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੈਨਾ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀਗਾ ਕਰਤਾਰਪੁਰ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਸਾਇਆ ਸੀਗਾ ਤੇ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਜੇ ਨੂੰ ਸੀ ਗੁਰੂ ਕਾ ਚੱਕ ਵੀ ਕਹਿੰਦੇ ਆ ਇਹ ਜੋ ਅੰਮ੍ਰਿਤਸਰ ਸਾਹਿਬ ਜੇ ਨੂੰ ਅੱਜ ਕੱਲ ਅਸੀਂ ਕਹਿੰਦੇ ਆ ਉਹ ਸ਼ਹਿਰ ਜਿਹੜਾ ਆ ਉਸ ਜ਼ਮੀਨ ਤੇ ਵਸਾਇਆ ਗਿਆ ਸੀਗਾ ਜਿਹੜੀ ਜ਼ਮੀਨ ਅਕਬਰ ਨੇ ਸੇਵਾ ਵਿੱਚ ਦਿੱਤੀ ਸੀਗੀ ਜਦੋਂ ਉਹ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀਗਾ ਤੇ ਪ੍ਰਸ਼ਾਦਾ ਛੱਕੇ ਗਿਆ ਸੀਗਾ ਇੱਥੋਂ ਜੀ डन ਚੱਲੀਏ ਅੱਗੇ ਲਾਸਰ ਅੱਗੇ ਚੱਲਦੇ ਆ ਰਿਵੀਜ਼ਨ ਆਪਾਂ ਯਾ ਯਾਰਾਤ ਕਿ ਲਈ ਵੀ ਆ ਡਿਡ ਭਾਈ ਲੈਣਾ ਜੀ ਗਾਟ ਸੀ ਗੁਰੂ ਨਾਨਕ ਦੇਵ ਜੀ ਕਹਿੰਦੇ ਕਿੱਥੇ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀਗੇ ਜਾਂ ਕਿੱਥੇ ਉਹਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਸੀਗੇ ਹੁਣ ਤਾਂ ਹੋਈਗਾ ਜੀ ਕਰਤਾਰਪੁਰ ਸਾਹਿਬ ਦੇਖੋ ਜੇ ਸਮਾਰਟ ਗੈਸ ਵੀ ਲਾਉਣਾ ਹੋਇਆ ਤਾਂ ਕਰਤਾਰਪੁਰ ਸਾਹਿਬ ਲੱਗ ਸਕਦਾ ਹੈ ਕਿਉਂਕਿ ਸ਼੍ਰੀ ਅਮਰਸਾਹ ਸਾਹਿਬ ਚੌਥੀ ਪਾਸ਼ਾ ਜੀ ਨੇ ਬਸਾਇਆ ਸੀਗਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਸੀਗਾ ਤੇ ਓਬਵੀਅਸ ਆ ਜਿੱਥੇ ਗੁਰੂ ਜੀ ਆਪਣੀ ਉਮਰ ਦੇ ਆਖਰੀ 18 ਸਾਲ ਬਿਤਾ ਰਹੇ ਸੀਗੇ ਉੱਥੇ ਹੀ ਭਾਈ ਲੈਣਾ ਜਿਹਨਾਂ ਨੂੰ ਮਿਲਣਾ ਸੀਗੇ ਤੇ ਭਾਈ ਲੈਣਾ ਜੀ ਨੂੰ ਹੀ ਅੱਗੇ ਗੁਰੂ ਜੀ ਨੇ ਦੂਜੀ ਪਾਤਸ਼ਾਹੀ ਵਜੋਂ ਗੁਰਗੱਦੀ ਤੇ ਸ਼ਿਸ਼ੋਭਤ ਕੀਤਾ ਸੀਗਾ ਤੇ ਨਾਮ ਬਦਲ ਕੇ ਕੀ ਕਰ ਦਿੱਤਾ ਸੀਗਾ ਗੁਰੂ ਅੰਗਦ ਦੇਵ ਜੀ ਜੇ ਕੋਈ ਪੁੱਛੇ ਪਾਈ ਲੈਣਾ ਜਿਹਦਾ ਨਾਮ ਕਿਹੜੇ ਗੁਰੂ ਜੀ ਨੇ ਬਦਲਿਆ ਸੀਗਾ ਤਾਂ ਯਾਦ ਰੱਖਿਓ ਗੁਰੂ ਅੰਗਦ ਦੇਵ ਜੀ ਸੌਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਨਾਮ ਬਦਲ ਕੇ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਸੀਗਾ ਜੀ ਸ਼ਾਬਾਸ਼ ਕਰੋ ਕਰੋ ਅੱਗੇ ਚੱਲੀਏ ਲੋਸਰ ਅੱਗੇ ਮੂਵ ਕਰਦੇ ਆ ਜੀ ਕਹਿੰਦੇ ਮਹਾਰਾਜ ਰਣਜੀਤ ਸਿੰਘ ਕਦੋਂ ਇਸ ਦੁਨੀਆ ਨੂੰ ਛੱਡ ਕੇ ਗਏ ਸੀਗਾ ਸ਼ਾਬਾਸ਼ ਕਰੋ ਜੀ ਕਰੋ ਇੱਕ ਹੋਰ ਗੱਲ ਜਿੰਨੇ ਜ਼ਿਆਦਾ ਸਟੂਡੈਂਟ ਬੈਠੇ ਸਾਰੇ ਜਣੇ ਆਨਸਰ ਕਰੋ ਬਹੁਤ ਘੱਟ ਬੱਚੇ ਆਨਸਰ ਕਰ ਰਹੇ ਨੇ ਅ ਥੋੜਾ ਐਕਟਿਵ ਜਿਹਾ ਹੋਵੋ ਹਾਊਜ਼ ਦਾ ਜੋਸ਼ ਕਿ ਮੈਂ ਜੋਸ਼ ਹੈ ਭਾਈ ਹਾਊਜ਼ ਦਾ ਜੋਸ਼ ਦੱਸੋ ਜੀ ਕਿ ਮੈਂ ਜੋਸ਼ ਤੁਹਾਡੇ ਚ ਹਾਊਸ ਦਾ ਜੋਸ਼ ਕਹਿੰਦੇ ਜੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਨੂੰ ਛੱਡ ਕੇ ਗਏ ਸੀਗੇ ਤੇ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਉਦੋਂ ਪਹਿਲਾਂ ਉਦੋਂ ਪਹਿਲਾਂ ਉਦੋਂ ਪਹਿਲਾਂ ਮੈਂ ਦੇਖ ਲੈ ਕਿੰਨੇ ਆ ਜੀ 639 400 ਹੀ ਆ 400 ਬੱਚੇ ਨੇ ਕਲਾਸ ਨੂੰ ਲਾਈਕ ਨਹੀਂ ਕੀਤਾ ਹਜੇ ਵੀ 400 ਬੱਚੇ ਨੇ ਹਜੇ ਵੀ ਕਲਾਸ ਨੂੰ ਲਾਈਕ ਨਹੀਂ ਕੀਤਾ ਇਨਾ ਪਿਆਰ ਮੈਥੋ ਨਹੀਂ ਸਾਂਭਿਆ ਜਾਂਦਾ ਮਰਜ਼ਾ ਲਾਈਕ ਲਿਕ ਕਰਦਿਆ ਕਰੋ ਸ਼ੁਰੂ ਹੈ ਕਦੋਂ ਡਰਦੇ ਹੋ ਹਾਂਜੀ ਚਲੋ ਅਗਲਾ ਕੁਐਸਚਨ ਕਹਿੰਦੇ ਹੂ ਐਕਸਕਵੇਟਡ ਯਾਨੀ ਕਿਹਨੇ ਲੱਭਿਆ ਹਰੱਪਨ ਰਿਮੇਨਸ ਐਟ ਰੂਪਨਗਰ ਆਫ ਪੰਜਾਬ ਕਹਿੰਦੇ ਜਿਹੜਾ ਰੂਪਨਗਰ ਆ ਰੋਪੜ ਜਿਹਨੂੰ ਅਸੀਂ ਕਹਿੰਦੇ ਆ ਉਹ ਸਾਈਟ ਜਿਹੜੀ ਹੜੱਪਾ ਦੀ ਆ ਉਹ ਕਿਹਨਾਂ ਨੇ ਲੱਭੀ ਸੀ 4 ਆਪਸ਼ਨ ਹੈ ਜੀ ਦੱਸੋ ਕਿਹਨਾਂ ਨੇ ਉਹ ਲੱਭੀ ਹੈ ਸ਼ਾਬਾਸ਼ ਕਰੋ ਜੀ ਕਰੋ ਇਸ ਕੁਐਸਚਨ ਦਾ ਆਨਸਰ ਕਰੋ ਵੈਰੀ ਗੁੱਡ ਵਾਈਦੀ ਸ਼ਰਮਾ ਦਇਆਰਾਮ ਸਾਨੀ ਜਾਂ ਫਿਰ ਰਖਲਦਾਸ ਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਨਨ ਆਫ ਥੈਮ ਇਹ ਵੀ ਇਹ ਵੀ ਬਹੁਤ ਡਾਊਟ ਆ ਬੱਚਿਆਂ ਨੂੰ ਹੁਣ ਕੁਐਸਚਨ ਕੀ ਪੁੱਛਿਆ ਉਹਨੇ ਜੇ ਮੈਂ ਤੁਹਾਨੂੰ ਦੱਸਾਂ ਜਿਹੜੇ ਬੀ ਲਗਾ ਰਹੇ ਨੇ ਉਹਨੇ ਪੁੱਛਿਆ ਰੋਪਣ ਸਾਈਟ ਕਿਹਨੇ ਲੱਭਿਆ ਸਿੰਪਲ ਉਨੇ ਇਹ ਨਹੀਂ ਪੁੱਛਿਆ ਕਿ ਹੜੱਪਾ ਸਾਈਟ ਕਿਹਨੇ ਲੱਭੀ ਆ ਉਹਨੇ ਪੁੱਛਿਆ ਰੂਪੜ ਸਾਈਟ ਕਿਹਨੇ ਲੱਭੀ ਹੁਣ ਕੁਐਸਚਨ ਕਮਾਉਣ ਵਾਲਾ ਸੀਗਾ ਤੇ ਤਾਂ ਕਰਕੇ 50% ਬੱਚਿਆਂ ਨੇ ਆਨਸਰ ਦਯਾਰਾਮ ਸਾਨੀ ਲੈ ਜੋ ਕਿ ਗਲਤ ਹੈ ਆਨਸਰ ਵਾਈਡੀ ਸ਼ਰਮ ਆਊਗਾ ਜੀ ਇਦਾਂ ਦੇ ਕਨਫਿਊਜ਼ਨ ਪੇਪਰ ਦੇ ਵਿੱਚ ਤੰਗ ਕਰਦੇ ਨੇ ਰੈਗੂਲਰ ਕਲਾਸ 'ਚ ਆਉਂਗੇ ਤਾਂ ਡਾਊਟ ਕਲੀਅਰ ਹੋਣਗੇ ਹੜੱਪਾ ਸਾਈਟ ਜ਼ਰੂਰ ਜਿਹੜੀ ਆ ਉਹ ਦਇਆ ਰਾਮ ਸਾਨੀ ਜੀ ਨੇ ਲੱਭੀ ਸੀ ਲੇਕਿਨ ਰੂਪਨਗਰ ਦੀ ਸਾਈਟ ਜਿਹੜੀ ਉਹ ਵਾਈਡੀ ਸ਼ਰਮਾ ਜੀ ਨੇ ਲੱਭੀ ਆ ਤੇ ਜਿਹੜੇ ਸਾਡੇ ਕੋਲੇ ਇੱਕ ਹੋਰ ਹੈਗਾ ਜੀ ਮੋਹਨਜੋਦਾਰੋ ਉਹ ਲੱਭੀ ਹੈ ਕਹਿੰਨਾਂ ਨੇ ਉਹ ਲੱਭੀ ਹੈ ਆਰਡੀ ਬਨਰਜੀ ਜੀ ਨੇ ਤਿੰਨਾਂ ਦਾ ਨਾਮ ਨੋਟ ਕਰ ਲਓ ਜੀ ਹੜੱਪਾ ਮੋਹਨਜੋਦਾਰੋ ਤੇ ਸਾਡੇ ਕੋਲੇ ਰੂਪਨਗਰ ਕਿਉਂ ਡਾਊਟ ਹੋ ਗਿਆ ਕੁਐਸਚਨ ਨੂੰ ਪੜਨ ਚ ਗਲਤੀ ਹੋ ਗਈ ਸੀ ਕੀ ਪਤਾ ਤੁਹਾਨੂੰ ਸਿਗਾ ਪੱਕੀ ਗੱਲ ਹੋਣਾ ਪਤਾ ਸੀਗਾ ਦੱਸੋ ਪਰ ਕੁਐਸਚਨ ਨੂੰ ਪੜਨ ਚ ਗਲਤੀ ਹੋਈ ਕਿਉਂਕਿ ਕੁਐਸਚਨ ਥੋੜਾ ਜਿਹਾ ਘੁਮਾ ਕੇ ਪੁੱਛਿਆ ਗਿਆ ਸੀਗਾ ਇਸ ਕਰਕੇ ਗਲਤੀਆਂ ਨਹੀਂ ਕਰਨੀਆਂ ਜੀ ਚੱਲੀਏ ਅਗਲੇ ਕੁਐਸਚਨ ਤੇ ਚਲੋ ਸਰ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ ਜੀ ਕਹਿੰਦੇ ਪੌਂਗ ਡੈਮ ਕਿਹੜੀ ਰੀਵਰ ਦੇ ਉੱਤੇ ਬਣਿਆ ਹੋਇਆ ਹੈ ਜੀ ਪੌਂਗ ਡੈਮ ਕਿਹੜੀ ਰੀਵਰ ਉੱਤੇ ਬਣਿਆ ਹੈ ਜੀ ਸਿੱਧਾ ਪੁੱਛ ਲੈਣਾ ਕਿ ਰੂਪਨਗਰ ਸਾਈਟ ਕਿਹਨੇ ਫਾਈਂਡ ਕੀਤੀ ਫਿਰ ਬੜੀ ਜਲਦੀ ਦੱਸਣਾ ਸੀਗਾ ਬਟ ਉਹਨੇ ਬੜੀ ਕਮਾ ਕੇ ਪੁੱਛਿਆ ਸੀਗਾ ਉਹਨੇ ਬਹੁਤ ਹੀ ਜ਼ਿਆਦਾ ਕਮਾਇਆ ਸਵਾਲ ਅਸੀਂ ਉਸ ਗੇੜ ਚ ਆ ਗਏ ਸੀਗੇ ਇਹ ਭਾਈ ਡਾਇਮੰਡ ਕਮਜੋਸਰ ਨਾਮਤਾਰੀ ਲਹਿਰ ਦੇ ਸੰਸਥਾਪਕ ਕਿਸ ਨੇ ਕੀਤੀ ਸੀਗੀ ਕੁਐਸਚਨ ਕਲੀਅਰ ਕਰ ਦਿਓ ਜੀ ਹਾਂ ਭਾਈ ਦੱਸੋ ਨਾਮਤਾਰੀ ਮੂਵਮੈਂਟ ਕਹਿੰਦੇ ਕਿ ਇਹਨਾਂ ਨੇ ਸਟਾਰਟ ਕੀਤੀ ਸੀਗੀ ਇੱਕ ਸਟੂਡੈਂਟ ਦਾ ਕੁਐਸਚਨ ਆ ਜੀ ਹਾਂ ਹਾਂ ਵੀਰ ਵੈਚ ਕਰ ਸਕਦੇ ਹੋ ਜੀ ਮਨਦੀਪ ਕਰ ਸਕਦੇ ਹੋ ਬੀਰ ਬੈਜ ਦੇ ਵਿੱਚ ਸਾਰੀ ਹਿਸਟਰੀ ਜਾਨੀ ਕਿ ਜਿਹੜੀ ਇੰਪੋਰਟੈਂਟ ਹਿਸਟਰੀ ਹੋ ਹੈਗੀ ਆ ਬਿਲਕੁਲ ਸਹੀ ਜੀ ਬਿਆਸ ਰਿਵਰ ਉੱਤੇ ਸਾਨੂੰ ਪੌਂਗ ਡੈਮ ਦੇਖਣ ਨੂੰ ਮਿਲਦਾ ਹੈ ਸਤਲੁਜ ਉੱਤੇ ਕਿਹੜਾ ਡੈਮ ਆ ਸਰ ਬਹੁਤ ਸੌਖਾ ਸਵਾਲ ਆ ਜੀ ਪਾਖੜਾ ਡੈਮ ਆ ਜੀ ਨੰਗਲ ਡੈਮ ਆ ਰਾਵੀ ਨਦੀ ਉੱਤੇ ਕਿਹੜਾ ਡੈਮ ਆ ਸਰ ਕਿੰਨਾ ਸੌਖਾ ਆ ਜੀ ਸਾਡੇ ਕੋਲ ਥੇਨ ਡੈਮ ਆ ਜਿਹਨੂੰ ਅਸੀਂ ਰਣਜੀਤ ਸਾਗਰ ਡੈਮ ਵੀ ਕਹਿ ਦਿੰਨੇ ਆ ਜੀ ਚਲੋ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਕਹਿੰਦੇ ਹੂ ਬਿਲਡ ਅਕਾਲ ਤਖਤ ਸਾਹਿਬ ਕਿਹੜੇ ਗੁਰੂ ਜੀ ਨੇ ਅਕਾਲ ਤਖਤ ਸਾਹਿਬ ਬਣਵਾਇਆ ਹੈ ਗੁਰੂ ਗ गुरु नानक देव जी गुरु हरगोबिंद जी गुरु हरकृष्ण जी ठीक है लॉबी डायमंड कंबोज जी आंसर मिल गया होना मिल गया कि नहीं मिल गया जी नाल जगह भी दस दी शाबाश करो इस क्वेश्चन का आंसर ਕਹਿੰਦੇ ਗੁਰੂ ਹਰਗੋਬਿੰਦ ਜੀ ਨੇ ਕਿਹੜੀ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਜੀ ਨੇ ਬਣਾਇਆ ਸੀਗਾ ਤੇ ਕਦੋਂ ਦੀ ਗੱਲ ਆ 1609 ਦੀ ਗੱਲ ਹੈ ਸਭ ਤੋਂ 올ਡੇਸਟ ਤਖਤ ਸਭ ਤੋਂ ਪੁਰਾਣਾ ਤਖਤ ਕਿਹੜਾ ਹੈ ਅਕਾਲ ਤਖਤ ਸਾਹਿਬ ਜੀ ਜੋ ਕਿ ਅੰਮ੍ਰਿਤਸਰ ਸਾਹਿਬ ਵਿਖੇ ਬਣਿਆ ਹੈ ਹਰਮੰਦਰ ਸਾਹਿਬ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਹੈ ਤੇ ਇਹ ਛੇਵੀਂ ਪਾਸ਼ਾ ਜੀ ਨੇ ਬਣਾਇਆ ਹੈ ਟੋਟਲ ਆਪਣੇ ਕੋਲੇ ਸਿੱਖ ਧਰਮ ਵਿੱਚ ਪੰਜ ਸਾਡੇ ਕੋਲ ਤਖਤ ਨੇ ਉਹਨਾਂ ਵਿੱਚੋਂ ਤਿੰਨ ਪੰਜਾਬ 'ਚ ਨੇ ਦੋ ਪੰਜਾਬ ਤੋਂ ਬਾਹਰ ਨੇ इन्हों बारे भी आप हौली हौली हो डिटेल पढ़ ला जी हू इनवेंट मोबाइल फोन मोबाइल फोन की कहते इनवेंशन कहने की है जी मोबाइल फोन की इनवेंशन कहने की है मार्टिन कूपर ने फिर सर थॉमस एडिशन ने जो की फिलिपस ने जलैग अलैगजेंडर ग्रामवेल हाँ जी, जी की ग्रामवेल हो गया फिलिप्स हो गया थॉमस एडिशन हो गया जो मार्टिन ਕੂਪਰ ਹੋ ਗਿਆ ਜੀ ਕਿਹਨੇ ਕੀਤੀ ਹੈ ਸਾਡੇ ਕੋਲੇ ਮੋਬਾਈਲ ਫੋਨ ਦੀ ਇਨਵੈਂਸ਼ਨ ਅ ਸ਼ਾਬਾਸ਼ 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 ਜਿਹੜੇ ਡੀ ਕਹਿੰਦੇ ਆ ਨਾ ਸਮਝੋ ਕੰਮ ਔਖਾ ਹੋ ਗਿਆ ਜੀ ਡੀ ਆਲਾ ਦਾ ਗਲਤ ਹੋ ਗਿਆ ਉਹਨੇ ਕੀ ਪੁੱਛਿਆ ਉਹਨੇ ਟੈਲੀਫੋਨ ਪੁੱਛਿਆ ਕਿ ਮੋਬਾਈਲ ਫੋਨ ਪੁੱਛਿਆ ਪਹਿਲਾਂ ਇਹ ਸੋਚੋ ਧਿਆਨ ਨਾਲ ਕਿ ਉਹਨੇ ਟੈਲੀਫੋਨ ਪੁੱਛਿਆ ਕਿ ਮੋਬਾਈਲ ਫੋਨ ਪੁੱਛਿਆ ਕਹਿੰਦੇ ਸਰ ਉਹਨੇ ਜੀ ਟੈਲੀਫੋਨ ਨਹੀਂ ਪੁੱਛਿਆ ਉਹਨੇ ਮੋਬਾਈਲ ਫੋਨ ਪੁੱਛਿਆ ਜੇ ਟੈਲੀਫੋਨ ਪੁੱਛਦਾ ਫਿਰ ਅਸੀਂ ਗ੍ਰਾਮਵੈਲ ਲਗਾ ਸਕਦੇ ਸੀ ਕੋਲੇ ਮੋਬਾਈਲ ਫੋਨ ਪੁੱਛਿਆ ਤੇ ਮੋਬਾਈਲ ਫੋਨ ਮਾਰਟਨ ਕੂਪਰ ਨੇ ਕੀਤਾ ਸੀਗਾ ਆ ਲਓ ਜੀ ਮਾਰਟਨ ਕੂਪਰ ਹਾਂ ਆ ਬੰਦਾ ਇਹਨੇ ਮੋਬਾਈਲ ਫੋਨ ਕਹਿੰਦਾ ਤਾਰਾਂ ਦੀ ਕੋਈ ਲੋੜ ਨਹੀਂ ਹੈਗੀ ਆਪਾਂ ਇਦਾਂ ਵੀ ਗੱਲ ਕਰ ਸਕਦੇ ਆ ਬੱਗਾ ਜਿਹਾ ਕਿਡਾ ਤੇਜ਼ ਸੀ ਹੈ ਨਾ ਖੋਜਦਾ ਖੋਜਾ ਵਧੀਆ ਕਰ ਜਾਂਦੇ ਸੀ ਆਪਣੇ ਆਲੇ ਨੂੰ ਮਤਲਬ ਹੁੰਦਾ ਤਾਂ ਉਹਦੇ ਕਹਣਾ ਕੋ ਕਹਿੰਦੇ ਉਹ ਨਿਊਟਨ ਸੀ ਨਾ ਬੈਠਾ ਕਹਿੰਦੇ ਨਿਊਟਨ ਬੈਠਾ ਸੀ ਪਾਰਕ ਦੇ ਵਿੱਚ ਉੱਪਰੋਂ ਸੇਵ ਡਿੱਗਿਆ ਉਹ ਸੋਚਣ ਲੱਗ ਪਿਆ ਯਾਰ ਸੇਵ ਕਿਉਂ ਡਿੱਗਿਆ ਥੱਲੇ ਤਾਂ ਉਹਨੂੰ ਕਿਉਂ ਨਹੀਂ ਗਿਆ ਦੱਸੋ ਸੋਚਣ ਲੱਗਾ ਥੱਲੇ ਨੂੰ ਡੇਊਗਾ ਕਹਿੰਦੇ ਜੇ ਕੋਈ ਹੁੰਦਾ ਪੰਜਾਬੀ ਉਹਨੇ ਖਾ ਕੇ ਦੋ ਡਕਾਰ ਮਾਰਨੇ ਸੀ ਕਹਿੰਦਾ ਲੈਸੇ ਬੜਾ ਸੁਆਸ ਸੀਗਾ ਨਾਲੇ ਦੋ ਚਾਰ ਬੱਟੇ ਮਾਰ ਕੇ ਹੋਰ ਤੋੜਦਾ ਠੀਕ ਹੈ ਨਾ ਤੇ ਮਤਲਬ ਇੱਕ ਕ੍ਰੀਏਟੀਵਿਟੀ ਹੁੰਦੀ ਹੈ ਕਿ ਵਾਈ ਜਿਹਦੇ ਦਿਮਾਗ 'ਚ ਵਾਈ ਹੋਵੇ ਕਿਉਂ ਹੋਵੇ ਹਾਂ ਲੇਕਿਨ ਉਹਦੇ ਲਈ ਆਪ ਹੈਲਪ ਕਰਨੀ ਪੈਂਦੀ ਆਪਣੀ ਹੀ ਜੇ ਤੁਸੀਂ ਹਰ ਇੱਕ ਗੱਲ ਤੇ ਦੂਜਿਆਂ ਤੋਂ ਪੁੱਛੋਗੇ ਕਿਉਂ 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 ਫਿਰ ਅਗਲਾ ਕਹਿੰਦਾ ਭਰਾਵਾ ਕੰਮ ਕਰ ਲੈ ਕੋਈ ਹੋਰ ਲੇਕਿਨ ਜੇ ਤੁਹਾਡੇ ਮਨ ਦੇ ਵਿੱਚ ਆਪਣੇ ਆਪ ਕਿਉਂ ਆਉਂਦੀ ਆ ਤਾਂ ਫਿਰ ਸ਼ਾਇਦ ਆਪਾਂ ਇਹਨੂੰ ਸੋਚ ਵੀ ਸਕਦੇ ਹਾਂ ਜੀ ਠੀਕ ਹੈ ਬੁੱਢਾ ਜਾ ਕੰਮ ਦੇਖੋ ਕਿੱਡਾ ਕਰ ਲਿਆ ਸਾਰੀ ਦੁਨੀਆ ਵਕਤ ਚ ਪਾਈ ਹੋਈ ਐ ਨੇ ਬਹੁਤ ਸਾਰੇ ਸੁੱਖ ਵੀ ਦੇ ਗਿਆ ਮੋਬਾਈਲ ਫੋਨ ਤੇ ਬਹੁਤ ਸਾਰੇ ਦੁੱਖ ਵੀ ਦੇ ਗਿਆ ਆ ਤੁਹਾਨੂੰ ਪਤਾ ਹੀ ਆ ਹੈਨਾ ਸੋ ਲੋ ਜੇ ਹੈ ਲੈ ਕੁਐਸਚਨ ਕਹਿੰਦੇ ਅ ਵਿਕਰਮ 에ਰਾ ਬਿਗਨਸ ਇਨ ਡੈਸ਼ ਬੀਸੀ ਜਿਹੜਾ ਵਿਕਰਮ ਯੁਗ ਆ ਉਹਦੀ ਸ਼ੁਰੂਆਤ ਕਿਹੜੀ ਬੀਸੀ ਵਿੱਚ ਹੋਈ ਸੀਗੀ 55 53 54 ਜਾਂ ਫਿਰ 57 ਦੇ ਵਿੱਚ ਹਾਂਜੀ ਦੱਸੋ ਜੀ ਲੋ ਜੀ 57 ਦੇ ਵਿੱਚ ਕਹਿੰਦੇ 57 ਦੇ ਵਿੱਚ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਨਾ ਬੁੱਢਾ ਜਿਹਾ ਆ ਪਤਾ ਕੀ ਹੁੰਦਾ ਇੱਕ ਵਾਰ ਕਹਿੰਦੇ ਉਹ ਥੋਮਸ ਐਡੀਸਨ ਜਿਹਨੇ ਬੱਲ ਬਣਾਇਆ ਸੀਗਾ ਉਹ ਬੱਲ ਬਣਾ ਰਿਹਾ ਸੀਗਾ ਤੇ ਉਹਦਾ ਚੇਲਾ ਨਾਲ ਬੈਠ ਕੇ ਕਿਵੇਂ ਪੋਜ਼ਿਟਿਵ ਕਿਵੇਂ ਰਹਿਣਾ ਹੁੰਦਾ ਉਹਦਾ ਚੇਲਾ ਨਾਲ ਬੈਠਾ ਉਹਨਾਂ ਨੇ ਬਹੁਤ ਟ੍ਰਾਈਆਂ ਕੀਤੀਆਂ ਹਜ਼ਾਰਕ ਵਾਰ ਬਣ ਗਿਆ ਕੰਮ ਲੋਡ ਨਾਵੇ ਉਹ ਕਹਿੰਦਾ ਵੀ ਉਹਨਾਂ ਚ ਤੁਸੀਂ ਅਗਲਾ ਹਾਮੇ ਪਹਿਲਾਂ ਇਹਨੂੰ ਦੱਸ ਦਮਾ ਇੱਕ ਸਾਡੇ ਕੋਲ ਸਾਕਾ ਸਮਾ ਤੇਰਾ ਹੁੰਦਾ ਦੂਜਾ ਹੁੰਦਾ ਜੀ ਵਿਕਰਮ ਯੁਗ ਵਿਕਰਮ ਯੁਗ ਅਸੀਂ ਦੋਨੋਂ ਯਾਦ ਕਰਨੇ ਨੇ ਜਿਵੇਂ ਮੈਂ ਵਿਕਰਮ ਦੀ ਗੱਲ ਕਰਾਂ 57 ਬੀਸੀ ਦੇ ਵਿੱਚ ਸੀਗਾ ਲੇਕਿਨ ਜੇ ਮੈਂ ਸਾਕਾ ਦੀ ਗੱਲ ਕਰਾਂ ਤਾਂ ਇਹ ਸਾਡੇ ਕੋਲੇ 78 ਏਡੀ ਦੇ ਵਿੱਚ ਹੋਇਆ ਸੀਗਾ ਦੋਨਾਂ ਨੂੰ ਯਾਦ ਕਰ ਲਿਓ ਪੇਪਰ ਵਿੱਚ ਕੋਈ ਵੀ ਆ ਸਕਦਾ ਠੀਕ ਆ ਦੋਨੋਂ ਇੰਪੋਰਟੈਂਟ ਨੇ ਯਾਦ ਰੱਖ ਲਓ ਜੀ ਚੱਲੀਏ ਅੱਗੇ ਲੋਸਰ ਅੱਗੇ ਚੱਲਦੇ ਆ ਇਹਨੂੰ ਤੁਸੀਂ ਪੜੋ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਗੱਲ ਜੀ ਕਹਿੰਦੇ ਉਹ ਜਿਹੜਾ ਸੀਗਾ ਥੋਮਸ ਐਡੀਸਨ ਉਹ ਜਦੋਂ 1000 ਕਵਾਰ ਉਹਨੇ ਬਲਬ ਬਣਾਇਆ ਉਹਦਾ ਨਾਲ ਦਾ ਬੈਠਾ ਇੱਕ ਜਿਹੜਾ ਹੁੰਦਾ ਜਿਵੇਂ ਰੱਖਿਆ ਹੁੰਦਾ ਕੋਈ ਨਾ ਯਾਰ ਬਣਤਾ ਰਿਹਾ ਨਹੀਂ ਕਹਿੰਦਾ ਮੈਨੂੰ ਲੱਗਾ ਬਾਬੇ ਵੀ ਆਪਾਂ ਔਖਾ ਕੰਮ ਆਪਣੇ ਵਾਲਾ ਵੀ ਆਪਣੇ ਤੋਂ ਦਿਲ ਨਹੀਂ ਮੰਦਾ ਉਹਨੇ ਆਪਣੇ ਆਪ ਨੂੰ ਮੋਟੀਵੇਟ ਕਰਨ ਦੇ ਲਈ ਤੇ ਉਹਨੂੰ ਮੋਟੀਵੇਟ ਹਜ਼ਾਰ ਵਾਰ ਸੋਚੋ ਹਜ਼ਾਰ ਵਾਰ ਟਰਾਈ ਕੀਤਾ ਬਲਵ ਟੁੱਟ ਜਾ ਕਰੇ ਕਹਿੰਦਾ ਕੀ ਆਪਾਂ ਖੱਟਿਆ ਕਹਿੰਦਾ ਯਾਰ ਇੰਨਾ ਟਾਈਮ ਲਾਇਆ ਹਜ਼ਾਰ ਵਾਰ ਹੋ ਗਿਆ ਕਹਿੰਦਾ ਮੇਰੀ ਗੱਲ ਸੁਣ ਲਾ ਇੱਕ ਤਾਂ ਮੈਨੂੰ ਪਤਾ ਨਹੀਂ ਵੀ ਬਲਵ ਬਣਿਆ ਕਿ ਨਹੀਂ ਬਣਿਆ ਪਰ ਮੈਨੂੰ ਇੰਨਾ ਇਹ ਤਾਂ ਨਹੀਂ ਹੈ ਜੇ ਮੈਨੂੰ ਪਤਾ ਕਿ ਬਲਵ ਬਣੂਗਾ ਕਿ ਮੈਂ ਪਰ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਇਹ ਹਜ਼ਾਰ ਤਰੀਕਿਆਂ ਨਾਲ ਬਲਵ ਨਹੀਂ ਬਣ ਸਕਦਾ ਠੀਕ ਹੈ ਕਿ ਇੰਨਾ ਹਜ਼ਾਰ ਤਰੀਕਿਆਂ ਨਾਲ ਬਲਵ ਨਹੀਂ ਬਣ ਸਕਦਾ ਇੱਦਾਂ ਹੀ ਮੰਨ ਲਓ ਜੇ ਮੈਂ ਵੀ ਆਪਾਂ ਕਹਿੰਦੇ ਸਿਲੈਕਸ਼ਨ ਲੈਣੀ ਆ ਪਹਿਲੀ ਵਾਰ ਨਹੀਂ ਹੋਈ ਥੋੜੀ ਸਟਰੈਟਜੀ ਕੋਈ ਤਾਂ ਹੋਊਗੀ ਪਲਾਨ ਕੋਈ ਤਾਂ ਹੋਊਗਾ ਨਹੀਂ ਹੋਈ ਘਟੋ-ਘਟੇ ਹੀ ਪਤਾ ਲੱਗਾ ਵੀ ਇਸ ਤਰੀਕੇ ਨਾਲ ਸਿਲੈਕਸ਼ਨ ਨਹੀਂ ਹੋਣੀ ਤਰੀਕਾ ਬਦਲਣਾ ਪੈਣਾ ਤੇ ਸਿਆਣਾ ਉਹ ਹੀ ਹੁੰਦਾ ਜਿਹੜਾ ਇਸ ਚੀਜ਼ ਨੂੰ ਸਮਝਵੇ ਆਪਣੇ ਆਪ ਨੂੰ ਸਹੀ ਕਰੇ ਅੱਗੇ ਗਲਤੀਆਂ ਨੂੰ ਦੂਰ ਕਰੇ ਤੇ ਉਸ ਬੰਦੇ ਨੇ ਬਣਾ ਦਿੱਤਾ ਸੀਗਾ ਹੈਨਾ ਉਸ ਬੰਦੇ ਨੇ ਬਣਾ ਦਿੱਤਾ ਸੀਗਾ ਬਲਵ ਤੇ ਅੱਜ ਉਹਦਾ ਨਾਮ ਕੁਐਸਚਨਾਂ ਵਿੱਚ ਆਉਂਦਾ ਕਿਹਨੂੰ ਪਤਾ ਸੀਗਾ 4 ਵਜੇ ਦੀ ਪੰਜਾਬ ਜੀ ਦੇ ਦੀ ਕਲਾਸ ਦੇ ਵਿੱਚ ਜਦੋਂ 4:29 ਮਿੰਟ ਹੋਏ ਉਹਨਾਂ ਨੇ ਫਤਿਹ ਸਰ ਨੇ ਕੁਐਸਚਨ ਕਰਾਉਣਾ ਸੀਗਾ ਸਮਝ ਗੱਲ ਨੂੰ ਤਾਂ ਇਸ ਕਰਕੇ ਜਦੋਂ ਇਤਿਹਾਸ 'ਚ ਨਾਮ ਲੈ ਕੇ ਆਉਣਾ ਹੁੰਦਾ ਆ ਫਿਰ ਸਾਨੂੰ ਕੁਝ ਨਾ ਕੁਝ ਕਰਨਾ ਪੈਂਦਾ ਹੈ ਫਰਸਟ ਬੈਟਲ ਜਿਹੜੀ ਕਿ ਸਿੱਖ ਗੁਰੂ ਹਰਗੋਬਿੰਦ ਜੀ ਦੁਆਰਾ ਲੜੀ ਗਈ ਸੀ ਉਹ ਬੈਟਲ ਆਫ ਅਮ੍ਰਿਤਸਰ ਸਾਹਿਬ ਸੀਗੀ ਠੀਕ ਹੈ ਜਿਨ੍ਹਾਂ ਨੇ ਡੀ ਲਾਇਆ ਉਹ ਨਹੀਂ ਸੀਗੀ ਭਾਈ ਚੱਲੀ ਅੱਗੇ ਲੋ ਜੀ ਅੱਗੇ ਚੱਲਦੇ ਆਂ ਕਹਿੰਦੇ ਪਿੰਕ ਰੈਵੋਲੂਸ਼ਨ ਕਾਦੇ ਨਾਲ ਰਿਲੇਟਡ ਹੈ ਆ ਪ੍ਰੀਸ਼ੀਅਸ ਮਿਨਰਲਸ ਦੇ ਨਾਲ ਰੋਜ਼ ਕਲਟੀਵੇਸ਼ਨ ਦੇ ਨਾਲ ਜੂਟ ਕਲਟੀਵੇਸ਼ਨ ਜਾਂ ਫਿਰ ਆਨੀਅਨ ਕਲਟੀਵੇਸ਼ਨ ਦੇ ਨਾਲ ਤੁਹਾਡੇ ਆਸੇ ਪਾਸੇ ਇਦਾਂ ਦੀਆਂ ਸਟੋਰੀਆਂ ਤੁਰੀਆਂ ਫਿਰਦੀਆਂ ਨੇ ਜਿਹੜੀਆਂ ਤੁਹਾਨੂੰ ਜਾਣਕਾਰੀ ਦਿੰਦੀਆਂ ਨੇ ਕਿ ਤੁਸੀਂ ਕਿਵੇਂ ਆਪਦੇ ਆਪ ਨੂੰ ਸਫਲ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਕਰੋ ਇਸ ਕੁਸ਼ਨ ਆਨਸਰ ਕਹਿੰਦੇ ਜੀ ਆਨੀਅਨ ਆਨੀਅਨ ਇਸ ਦਾ கரெக்ட் ஆன்சர் ਲਓ ਜੀ ਅਗਲੇ ਕੁਐਸਚਨ ਤੇ ਮੂਵ ਕਰਦੇ ਆ ਟੋਟਲ ਏਰੀਆ ਆਫ ਪੰਜਾਬ ਪੰਜਾਬ ਦਾ ਟੋਟਲ ਏਰੀਆ ਕਿੰਨਾ ਹੈ ਹੁਣੇ ਗਲਤ ਨਾ ਕਰ ਦਿਓ ਬਹੁਤ ਸੌਖਾ ਕੁਐਸਚਨ ਆ ਬੜੀ ਵਾਰ ਪੇਪਰ ਚ ਆਇਆ ਬੜੀ ਵਾਰ ਪੇਪਰ ਚ ਆਇਆ ਹੋਇਆ ਪੰਜਾਬ ਦਾ ਟੋਟਲ ਏਰੀਆ ਕਿੰਨਾ ਹੈ ਇਹ ਵੀ ਦੱਸ ਦਿਓ ਕਿ ਇੰਡੀਆ ਦਾ ਟੋਟਲ ਏਰੀਆ ਕਿੰਨਾ ਹੈ ਹੈਨਾ ਇੰਡੀਆ ਦਾ ਟੋਟਲ ਏਰੀਆ ਕਿੰਨਾ ਹੈ ਪੰਜਾਬ ਦਾ ਏਰੀਆ ਇੰਡੀਆ ਦੇ ਵਿਦ ਰਿਸਪੈਕਟ ਕਿੰਨੇ ਪਰਸੈਂਟ ਹੈ ਤੇ ਇੰਡੀਆ ਦਾ ਏਰੀਆ ਵਰਲਡ ਦੇ ਕਿੰਨੇ ਪਰਸੈਂਟ ਹੈ ਜੀ ਲਓ ਤਿੰਨ ਕੁਐਸਚਨ ਬਣ ਗਏ ਤਿੰਨ ਕੁਸ਼ਣ ਹੀ ਬਣ ਗਏ ਤੇ ਇਸ ਤੋਂ ਬਾਅਦ ਇਹ ਵੀ ਦੱਸ ਦਿਓ ਕਿ ਭਾਈ ਹੁਣ ਤੱਕ ਕਿੰਨੇ ਸਹੀ ਹੋ ਗਏ ਨੇ 50362 ਕਿਲੋਮੀਟਰ ਸਕੁਅਰ ਕਹਿੰਦੇ ਪੰਜਾਬ ਦਾ ਟੋਟਲ ਏਰੀਆ ਆ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦਾ ਹੈਗਾ ਸਾਡੇ ਕੋਲੇ 3.2 ਮਿਲੀਅਨ ਸਕੁਅਰ ਕਿਲੋਮੀਟਰ ਪੰਜਾਬ ਇੰਡੀਆ ਦਾ 1.54% ਹੈ ਤੇ ਜੇ ਮੈਂ ਇੰਡੀਆ ਦੀ ਗੱਲ ਕਰਾਂ ਇੰਡੀਆ ਵਰਲਡ ਦਾ ਕਿੰਨਾ ਹੈ ਜੀ 2.4% ਇਹ ਵੀ ਸਾਨੂੰ ਪਤਾ ਲੱਗ ਚੁੱਕਾ ਹੈ ਜੀ ਅਸੀਂ ਪੰਜਾਬ ਇੰਡੀਆ ਦਾ ਵੀ ਦੇਖ ਲਿਆ ਐਂਡ ਨਾਲ ਦੀ ਨਾਲ ਵਰਲਡ ਦਾ ਇੰਡੀਆ ਨੂੰ ਵੀ ਦੇਖ ਲਿਆ ਵੀ ਕਿੰਨੇ ਪਰਸੈਂਟ ਹੈ ਹੁਣ ਪਿਛਲੀ ਵਾਰ ਪੇਪਰ ਚ ਕੁਸ਼ਨ ਆਇਆ ਸੀਗਾ ਜਿਹੜਾ ਆਪਣਾ ਐਕਸਰਸਾਈਜ਼ ਦਾ ਹੋ ਕੇ ਗਿਆ ਆ ਉੱਥੇ ਉਹਨਾਂ ਨੇ ਇਹ ਵੀ ਆਪਸ਼ਨ ਪਾਇਆ ਸੀਗਾ ਤੇ ਇਹ ਵੀ ਆਪਸ਼ਨ ਪਾਇਆ ਸੀਗਾ ਜੇ ਕਿਸੇ ਨੂੰ ਯਾਦ ਹੋਵੇ ਦੱਸੋ ਤੇ ਬਹੁਤ ਸਾਰੇ ਬੱਚੇ ਆ ਟਿਕ ਕਰਕੇ ਸੀਗੇ ਗਲਤੀ ਨਾਲ ਬਣਦਾ ਸੀਗਾ ਆਹ ਵਾਲਾ ਸਹੀ ਆ ਕਿ ਗਲਤ ਆ ਦੱਸੋ ਹੋਇਆ ਸੀ ਨਾ ਇਦਾਂ ਮੈਂ ਤਾਂ ਕਰਕੇ ਨੂੰ ਐਕਸਪਲੇਨ ਕਰ ਦਿੱਤਾ ਵੀ ਕੀ ਕੀ ਹੈਗਾ ਹੁਣ ਦੱਸੋ 20ਾਂ ਵਿੱਚੋਂ ਕਿੰਨੇ ਕਿੰਨੇ ਸਹੀ ਹੋ ਗਏ ਨੇ ਤੇ ਜਿਹੜੇ ਹਜੇ ਵੀ 350 ਬੱਚੇ ਨੇ ਕਲਾਸ ਨੂੰ ਲਾਈਕ ਨਹੀਂ ਕੀਤਾ ਉਹ ਪਹਿਲਾਂ ਲਾਈਕ ਕਰ ਦਿਓ ਯਾਰ ਉਹਨੇ ਟਾਈਮ ਨੂੰ ਆਪਾਂ ਅਗਲੇ ਕੁਐਸਚਨ ਤੇ ਆਉਣੇ ਆ ਦੇਖੋ ਤੁਸੀਂ ਕਹਿੰਦੇ ਹੋ ਨਾ ਕਿ ਸਰ ਕੰਟੈਂਟ ਜ਼ਿਆਦਾ ਲੈ ਕੇ ਆਓ ਸਰ ਕਲਾਸਾਂ ਦੇ ਵਿੱਚ ਕੁਐਸਚਨ ਜ਼ਿਆਦਾ ਲੈ ਕੇ ਆਓ ਵਧੀਆ ਲੈ ਕੇ ਆਓ ਤੁਹਾਡੇ ਲਈ ਉਹ ਚੀਜ਼ਾਂ ਲੈ ਕੇ ਆ ਰਹੇ ਆਂ ਜੇ ਤੁਹਾਡੇ ਕਹਿਣ ਦੇ ਉੱਤੇ ਆਪਾਂ ਤੁਹਾਨੂੰ ਸਿਆਣੀਆਂ ਸਿਆਣੀਆਂ ਗੱਲਾਂ ਵੀ ਸੁਣਾ ਰਹੇ ਆ ਤੁਹਾਨੂੰ ਕਲਾਸ ਨਾਲ ਜੋੜੀ ਵੀ ਰੱਖ ਰਹੇ ਆ ਇਗਜ਼ਾਮ ਕਿੰਨਾ ਜ਼ਰੂਰੀ ਵੀ ਦੱਸ ਰਹੇ ਆ ਕੁਐਸਚਨ ਵੀ ਘਾਟ ਲੈ ਕੇ ਆ ਰਹੇ ਆ ਤੇ ਤੁਹਾਡੀ ਜ਼ਿੰਮੇਵਾਰੀ ਫਿਰ ਇੱਕ ਬਣਦੀ ਆ ਕਿੜੀ ਵੀ ਸਰ ਲਾਈਕ ਤਾਂ ਕਰਦੀ ਆ ਜਿੱਤੇ ਤੁਸੀਂ ਲਾਈਕ ਵੀ ਨਾ ਕਰੋ ਫਿਰ ਮਾੜੀ ਗੱਲ ਆ ਸਾਡੇ ਲਈ ਸਰ ਮੈਂ ਵੀ ਹਿਸਟਰੀ ਚ ਹਿਸ ਸੁਮਿਤ ਕੁਮਾਰ ਬੱਲੇ ਹੁਣ ਮੈਂ ਕੀ ਦੱਸਾਂ ਵੀ ਹਿਸਟਰੀ ਚ ਨਾਮ ਲੈ ਕੇ ਆਉਣਾ ਤਾਂ ਕੀ ਕਰਨਾ ਪੈਣਾ ਹੁਣ ਇਹ ਵੀ ਹੈ ਨਾ ਕਿ ਚੰਗੇ ਕੰਮ ਚ ਲੈ ਗੋਣਾ ਕਿ ਮਾੜੇ ਕੰਮ ਚ ਲੈ ਕੇ ਆਉਣਾ ਚੰਗੇ ਕੰਮ ਚ ਲੈ ਕੇ ਆਓ ਅ ਕੋਈ ਵਧੀਆ ਐਜੂਕੇਸ਼ਨਲ ਫੋਕਸ ਕਰੋ ਪੜ੍ਹਾਈ ਲਿਖਾਈ ਵਾਲੇ ਫੋਕਸ ਕਰੋ ਤੇ ਬਹੁਤ ਵਧੀਆ ਹੋ ਜਾਊਗਾ ਜੀ ਠੀਕ ਆ ਫਰਸਟ ਗਵਰਨਰ ਆਫ ਪੰਜਾਬ ਚੰਦੂ لال ਮਾਧਵ لال ਤ੍ਰिवेदी ਇਹ 1947 ਦੀ ਗੱਲ ਆ ਜੀ ਕਦੋਂ ਦੀ 1947 ਦੀ ਗੱਲ ਆ ਹੁਣ ਉਸ ਟਾਈਮ ਦੇ ਉੱਤੇ ਫਰਸਟ ਸੀਐਮ ਕੌਣ ਸੀਗਾ ਆਪੀ ਦੇਖ ਲੈਣ ਲੋ ਜੀ ਕਹਿੰਦੇ 1947 ਵੇਲੇ ਪਹਿਲਾ ਵਿਧਾਨ ਸਭਾ ਦਾ ਸਪੀਕਰ ਕੌਣ ਸੀਗਾ ਸਰ ਜੀ ਕਪੂਰ ਸਿੰਘ ਪਹਿਲਾ ਸੀਐਮ ਕੌਣ ਸੀਗਾ ਪੰਜਾਬ ਦਾ ਸਰ ਗੋਪੀ ਚੰਦ ਭਾਰਗਵ ਗਵਰਨਰ ਆਫ ਪੰਜਾਬ ਕਿਹੜਾ ਸੀਗਾ ਸਰ ਜੀ ਚੰਦੂ لال ਮਾਧਵ ਲਾਲ ਤ੍ਰिवेदी ਤੇ ਜੇ ਕਿਤੇ ਨਿਊ ਪੰਜਾਬ ਲਿਖਿਆ ਹੁੰਦਾ ਫਿਰ ਅਸੀਂ 1966 ਵਾਲਾ ਦੱਸਣਾ ਸੀਗਾ ਅੱਜ ਦੇ ਸਪੀਕਰ ਕੌਣ ਨੇ ਦੱਸੋ ਮੈਨੂੰ ਅੱਜ ਦੇ ਸਪੀਕਰ ਕੌਣ ਨੇ ਸਰ ਟੈਸਟ ਮੇਟ ਜੋ ਟੌਪਿਕ ਵਾਈ ਸီးਰੀਜ਼ ਨਹੀਂ ਹੈਗੀ ਅ ਜਸਪ੍ਰੀਤ ਨਹੀਂ ਇਹਦੇ ਬਾਰੇ ਨਹੀਂ ਆਈਡੀਆ ਹੈਗਾ ਬੱਚੇ ਕਿਹੜੇ ਹੈਗੇ ਕਿਹੜੇ ਨਹੀਂ ਹੈਗੇ ਜੀ ਪਰਵਿੰਦਰ ਤੁਸੀਂ ਨਾ ਜਿਹੜਾ ਆਪਣੇ ਕੋਲੇ ਐਪ ਹੁੰਦੀ ਆ ਉਹਦੇ ਸੈਂਟਰ ਤੇ ਇੱਕ ਬਟਨ ਆ ਮਾਈ ਕੰਟੈਂਟ ਮਾਈ ਕੰਟੈਂਟ ਤੇ ਜਾਓ ਉੱਥੇ ਤੁਹਾਨੂੰ ਬੈਸ਼ੋ ਹੋ ਜਾਊਗਾ ਜੀ ਚਲਿਓ ਜੀ ਚਲੋ हां ਹੁਣ ਹੈਗੇ ਸਾਡੇ ਕੋਲੇ ਕੌਣ ਨੇ ਕੁਲਤਾਰ ਸੰਧਵਾ ਵੈਰੀ ਗੁੱਡ ਹੁਣ ਕੌਣ ਨੇ ਸਪੀਕਰ ਸਾਡੇ ਕੁਲਤਾਰ ਸੰਧਵਾ ਅਗਲਾ ਕੁਐਸਚਨ ਕਹਿੰਦੇ ਵਿੱਚ ਰੂਲਰ ਆਫ ਦਾ ਸਲੇਵਡ ਨੈਸ਼ਨ ਸਿ ਸ਼ਿਫਟਡ ਹਿਸ ਕੈਪੀਟਲ ਫਰਮ ਲਾਹੌਰ ਟੂ ਦਿੱਲੀ ਉਹ ਕਿਹੜਾ ਸਲੇਵਡ ਨੈਸ਼ਨ ਦਾ ਰਾਜਾ ਸੀਗਾ ਜਿਨੇ ਆਪਣੀ ਰਾਜਧਾਨੀ ਲਾਹੌਰ ਤੋਂ ਦਿੱਲੀ ਵੱਲੂ ਸ਼ਿਫਟ ਕੀਤੀ ਸੀਗੀ ਮੇਰੇ ਯਾਦ ਆ ਗਿਆ ਇੱਕ ਗੱਲ ਤੁਹਾਨੂੰ ਮੈਂ ਦੱਸੂਗਾ ਅਸੀਂ ਨਾ ਐਤਵਾਰ ਦੀ ਗੱਲ ਆ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਕਲਾਸ ਸ਼ੇਅਰ ਕੀਤੀ ਅਸੀਂ ਗਏ ਹੋਏ ਸੀ ਦਿੱਲੀ ਜਦ ਜਦੋਂ ਉਹ ਨਹੀਂ ਸੀਗਾ ਆਪਣਾ ਪਾਰਲੀਮੈਂਟ ਦਾ ਉਦਘਾਟਨ ਸੀਗਾ ਸਾਡਾ ਪਲਾਨ ਸੀਗਾ ਵੀ ਦੇਖ ਆਈਏ ਐ ਗੀੜਾ ਜਿਹਾ ਕੱਢਿਆ ਮੈਂ ਸਾਨੂੰ ਨੂੰ ਜਾਣ ਨਹੀਂ ਦਿੱਤਾ ਅੱਗੇ ਤੇ ਅਸੀਂ ਦਿੱਲੀ ਜਾ ਰਹੇ ਸੀਗੇ ਹਾਲਾਂਕਿ ਦਿੱਲੀ ਦੇ ਬਹੁਤ ਏਰੀਆ ਇਦਾਂ ਦੇ ਜਿਹੜੇ ਥੋੜੇ ਜਿਹਾ ਕੰਜਸਟਡ ਨੇ ਸਫਾਈ ਘੱਟ ਆ ਬਟ ਅਸੀਂ ਕੁਝ ਏਰੀਏ ਚ ਇਦਾਂ ਦੇ ਚ ਘੁੰਮੇ ਸੀਗੇ ਸਾਨੂੰ ਦੇਖ ਕੇ ਏਡੀ ਖੁਸ਼ੀ ਹੋਈ ਬਰ ਇੰਨੇ ਸਾਫ਼ ਏਰੀਏ ਮਤਲਬ ਐ ਫੀਲਿੰਗ ਆਉਂਦੀ ਮੈਂ ਬਾਹਰਲੇ ਮੁਲਕ ਚ ਫਿਰਨ ਖਾਸ ਕਰਕੇ ਐਂਬੈਸੀ ਰੋਡ ਹੋ ਗਿਆ ਇੰਡੀਆ ਗੇਟ ਵਾਲਾ ਰੋਡ ਹੋ ਗਿਆ ਬਹੁਤ ਘੈਂਟ ਆ ਜੀ ਉੱਥੇ ਇੱਕ ਜਿਹੜੀ ਮੇਨ ਚੀਜ਼ ਪੜ੍ਹੀ ਮੈਂ ਇਸ ਕੁਐਸਚਨ ਦਾ ਆਨਸਰ ਕਰਾਂ ਉਹ ਤੁਹਾਨੂੰ ਦੱਸਦਾ ਬੜੀ ਪਤੇ ਦੀ ਗੱਲ ਆ ਜ ਉੱਥੇ ਜਿਹੜੇ ਬੋਰਡ ਲੱਗੇ ਨੇ ਪਹਿਲੀ ਗੱਲ ਤਾਂ ਬੋਰਡ ਤਿੰਨ ਭਾਸ਼ਾ ਵਿੱਚ ਹਾਂ ਪੰਜਾਬੀ ਅੰਗਰੇਜ਼ੀ ਉਰਦੂ ਹਿੰਦੀ ਚਾਰ ਭਾਸ਼ਾ ਵਿੱਚ ਲੱਗੇ ਹੋਏ ਨੇ ਜਿਹੜੇ ਬੋਰਡ ਲੱਗੇ ਆ ਉਹ ਚਾਰ ਭਾਸ਼ਾ ਵਿੱਚ ਲੱਗੇ ਹੋਏ ਨੇ ਦਿੱਲੀ ਦੇ ਵਿੱਚ ਬੋਰਡ ਸੁਣ ਕੇ ਦੇਖੋ ਇਹ ਵੱਡੇ ਵੱਡੇ ਬੋਰਡ ਨੇ ਜਿਵੇਂ ਰੋਡ ਕਿੱਧਰ ਨੂੰ ਜਾ ਰਿਹਾ ਇਹ ਕਿਹੜੀ ਰੋਡ ਨੰਬਰ ਰੋਡ ਕਿਹੜਾ ਹੈ ਇੱਕ ਤਾਂ ਇਹ ਮੈਨੂੰ ਖੁਸ਼ੀ ਹੋਈ ਦੇਖ ਕੇ ਕਿ ਉੱਥੇ ਪੰਜਾਬੀ ਮੈਂਸ਼ਨ ਕੀਤੀ ਗਈ ਸਭ ਤੋਂ ਉੱਤੇ ਜਿਵੇਂ ਹਿੰਦੀ ਅੰਗਰੇਜ਼ੀ ਪੰਜਾਬੀ ਤੇ ਉਰਦੂ ਇਦਾਂ ਸੀਗਾ ਸੀਕਵੈਂਸ ਇਸਗਾ ਹਿੰਦੀ ਅੰਗਰੇਜ਼ੀ ਪੰਜਾਬੀ ਤੇ ਉਰਦੂ ਪਤਾ ਨਹੀਂ ਅੰਗਰੇਜ਼ੀ ਉੱਤੇ ਸੀ ਕਿ ਹਿੰਦੀ ਉੱਤੇ ਸੀਗੀ ਪੰਜਾਬੀ ਤੀਜੇ ਨੰਬਰ ਤੇ ਸੀਗੀ ਚੌਥੇ ਨੰਬਰ ਤੇ ਸਾਡੇ ਕੋਲੇ ਉਰਦੂ ਸੀਗੀ ਪਹਿਲੀ ਖੁਸ਼ੀ ਮਨ ਹੋਈ ਕਿ ਯਾਰ ਪੰਜਾਬੀ ਉਹ ਵੀ ਰਾਜਧਾਨੀ ਵਿੱਚ ਹੋਰ ਸਾਡੇ ਕੋਲੇ 22 ਭਾਸ਼ਾ ਨੇ ਲੇਕਿਨ ਲਿਖੀ ਹੋਈਆਂ ਉਹਨਾਂ ਵਿੱਚੋਂ ਪੰਜਾਬੀ ਵੀ ਸੀਗੀ ਓਕੇ ਜੀ ਦੂਜੀ ਗੱਲ ਜਿਹੜੀ ਮੈਨੂੰ ਖੁਸ਼ੀ ਹੋਈ ਮੈਂ ਜ਼ਿਆਦਾ ਤਾਂ ਨਹੀਂ ਦੇਖੇ ਲੇਕਿਨ ਮੈਂ ਜਿੰਨਾ ਵੀ ਘੁੰਮਿਆ ਉੱਥੇ ਮੈਨੂੰ ਦੋ ਰੋਡ ਦਿਖੇ ਘੈਂਟ ਜੇ ਇੱਕ ਤਾਂ ਆਮ ਸੀਗਾ ਮਹਾਰਾਜਾ ਰਣਜੀਤ ਸਿੰਘ ਮਾਰਗ ਇੱਕ ਦਾ ਨਾਮ ਕੀ ਸੀਗਾ ਮਹਾਰਾਜਾ ਰਣਜੀਤ ਸਿੰਘ ਮਾਰਗ ਤੇ ਦੂਜੇ ਦਾ ਨਾਮ ਸੀਗਾ ਅ ਅ ਬਾਬਾ ਖੜਕ ਸਿੰਘ ਮਾਰਗ ਮੈਂ ਕਹਾ ਵਾਹ ਜੀ ਵਾਹ ਦੂਜੇ ਦਾ ਨਾਮ ਕੀ ਸੀਗਾ ਬਾਬਾ ਖੜਕ ਸਿੰਘ ਮਾਰਗ ਮਗਰ ਸਾਡੇ ਵਾਲੇ ਨਾ ਉਹੀ ਨਿਆਜ਼ੀਆਂ ਗੱਲਾਂ ਕਰ ਲੈਂਦੇ ਨੇ ਮਤਲਬ ਉਹ ਚੀਜ਼ਾਂ ਦੇਖ ਕੇ ਖੁਸ਼ੀ ਹੋਈ ਵੀ ਹਾਂ ਅਸੀਂ ਵੀ ਕਿਸੇ ਅ ਵਧੀਆ ਲੈਵਲ ਤੇ ਸਟੈਂਡ ਕਰਦੇ ਆ ਵੀ ਸਾਡੀ ਭਾਸ਼ਾ ਨੂੰ ਵੀ ਪ੍ਰਾਇੋਰਟੀ ਦਿੱਤੀ ਗਈ ਹੈ ਤੇ ਸਾਡੇ ਇਤਿਹਾਸਕ ਨਾਵਾਂ ਨੂੰ ਵੀ ਦੇਸ਼ ਨੇ ਆਪਣਾ ਸਮਝਿਆ ਹੋਇਆ ਹੈ ਕਹਿੰਦੀ ਅਸੀਂ ਇਸ ਦੇਸ਼ ਦੇ ਨਾਲ ਜੁੜੇ ਹੋਏ ਹਾਂ ਜੀ ਚਲਿਏ ਜਗੇ ਚਲੋ ਜੀ ਅਗਲਾ ਕੁਸ਼ਣ हां बाई भाषा ਵਿੱਚ ਇੰਗਲਿਸ਼ ਨਹੀਂ ਹੈਗੀ ਇਹ ਸਹੀ ਹੈ ਜੀ ਜਿਹੜੀਆਂ ਸਾਡੇ ਕੋਲ 22 ਸਕੈਡਿਊਲ ਲੈਂਗੁਏਜ ਨੇ ਉਹਨਾਂ ਵਿੱਚ ਇੰਗਲਿਸ਼ ਨਹੀਂ ਆਉਂਦੀ 8ਵੇਂ ਸ਼ੈਡਿਊਲ ਚ ਨੇ ਸਹੀ ਹੈ ਜੀ ਚਲੋ ਅਗਲਾ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਸਾਈਟ ਆਫ ਇੰਡਸ ਸਿਚੁਏਟਡ ਨਾਟ ਇਨ ਪੰਜਾਬ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਜਿਹੜੀ ਪੰਜਾਬ ਚ ਨਹੀਂ ਆਉਂਦੀ ਹੁਣ ਮੈਂ ਮੈਪ ਦਿਖਾਇਆ ਸੀਗਾ ਸਟਾਰਟਿੰਗ ਦੇ ਵਿੱਚ ਦੱਸੋ ਜੀ ਕਿਹੜੀ ਪੰਜਾਬ ਦੇ ਵਿੱਚ ਨਹੀਂ ਹੈਗੀ ਜੇ ਪੰਜਾਬ ਚ ਨਹੀਂ ਹੈਗੀ ਤੇ ਫਿਰ ਕਿੱਥੇ ਆ ਕਹਿੰਦੇ ਸਰ ਲੋਥਲ ਦੀ ਗੱਲ ਕਰੀਏ ਗੁਜਰਾਤ ਚ ਆ ਜੀ ਗੁਜਰਾਤ ਚ ਠੀਕ ਹੈ ਜੀ ਤੇ ਇੱਥੇ ਸਾਨੂੰ ਡੌਕਯਾਰਡ ਵੀ ਦੇਖਣ ਨੂੰ ਮਿਲਦਾ ਹੈ ਬੰਦਰਗਾਹ ਇਹ ਪੋਰਟ ਸਿਟੀ ਹੈ ਇੱਕ ਕਿਹੜੀ ਹੈ ਇਟ ਇਜ਼ ਅ ਪੋਰਟ ਸਿਟੀ ਇੰਪੋਰਟੈਂਟ ਪੁਆਇੰਟ ਨੋਟ ਕਰ ਲਓ ਜੀ ਪੋਰਟ ਸਿਟੀ ਹੈ ਲੋਥਲ ਡੌਕਯਾਰਡ ਕਹਿ ਲਓ ਬੰਦਰਗਾਹ ਕਹਿ ਲਓ ਕੁਝ ਵੀ ਕਹਿ ਲਓ ਇਹ ਇੰਪੋਰਟੈਂਟ ਹੈ ਲਓ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂ ਨੇਮ ਆਫ ਦਾ ਫਰਸਟ ਸੀਐਮ ਆਫ ਨਿਊ ਪੰਜਾਬ ਨਵੇਂ ਪੰਜਾਬ ਦੇ ਪਹਿਲੇ ਸੀਐਮ ਦਾ ਨਾਮ ਕੀ ਸੀਗਾ ਹੁਣ 1966 ਆ ਗਿਆ ਜਿਹੜਾ ਪਹਿਲਾਂ ਸੀਗਾ ਉਹ 1947 ਸੀਗਾ ਤੇ ਹੁਣ ਜਿਹੜਾ ਆ ਗਿਆ 1966 ਆ ਗਿਆ ਹੈ ਦੱਸੋ ਜੀ ਕਰੋ ਕਰੋ ਸ਼ਾਬਾਸ਼ ਐਕਸਪਲੇਨ ਮਹਾਪੈਖ ਸਰ ਓਕੇ ਜੀ ਕਰ ਦਨੇ b ਪੋਜ਼ਿਟਿਵ ਜੀ ਕਰ ਦੰਨੇ ਆ ਕਲਾਸ ਦੇ ਐਂਡ ਤੇ ਕਰੂੰਗਾ ਥੋੜਾ ਜਿਹਾ ਆਪਾਂ ਪੜ ਲਈਏ ਜ਼ਰੂਰ ਕਰਕੇ ਜਾਊਗਾ ਮਹਾਪੈਖ ਦੇ ਬਾਰੇ ਦੱਸ ਕੇ ਜਾਊਗਾ ਪਹਿਲਾਂ ਥੋੜਾ ਜਿਹਾ ਪੜ ਲਈਏ ਜੀ ਕੀ ਹੈ ਸਾਡੇ ਕੋਲੇ ਕਹਿੰਦੇ ਗਿਆਨੀ ਗੁਰਮੁਖ ਸਿੰਘ ਜੀ ਸੀਗੇ ਕੌਣ ਨੇ ਗਿਆਨੀ ਗੁਰਮੁਖ ਸਿੰਘ ਹਣ ਬਾਕੀ ਕੌਣ-ਕੌਣ ਆ ਆਪਾਂ ਇਹ ਵੀ ਦੇਖ ਲੈਣੇ ਆ ਹਾਂਜੀ ਕਹਿੰਦੇ ਪਹਿਲੇ ਸਪੀਕਰ ਆਫ ਵਿਧਾਨ ਸਭਾ ਨਵੇਂ ਪੰਜਾਬ ਦੇ ਕੌਣ ਸੀਗੇ ਜੀ ਹਰਬੰਸ ਸਿੰਘ ਸੀਗੇ ਓਕੇ ਸਰ ਫਰਸਟ ਸੀਐਮ ਆਫ ਨਿਊ ਪੰਜਾਬ ਗਿਆਨੀ ਗੁਰਮੁਖ ਸਿੰਘ ਸੀਗੇ ਫਰਸਟ ਗਵਰਨਰ ਆਫ ਨਿਊ ਪੰਜਾਬ ਕਹਿੰਦੇ ਜੀ ਧਰਮਵੀਰਾ ਸੀਗੇ ਇਹ ਯਾਦ ਕਰ ਲਓ ਇਹਨਾਂ ਨੂੰ ਕੀ ਕਰ ਲਓ ਯਾਦ ਕਰ ਲਓ ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਹੂ ਰੋਟ ਦਿੱਲੀ ਦੀਆਂ ਗਲੀਆਂ ਦਿੱਲੀ ਦੀਆਂ ਗਲੀਆਂ ਕਹਨੇ ਲਿਖੀਆਂ ਸੀਗੀਆਂ ਇੱਕ ਵਾਰ ਇੱਕ ਬੱਚੇ ਦਾ ਮੈਸੇਜ ਆਇਆ ਸੀਗਾ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਸਰ ਕੁਝ ਕੁਐਸਚਨ ਹਨ ਜਿਵੇਂ ਵਿੱਚ ਰਿਪੀਟ ਹੁੰਦੇ ਨੇ ਸਾਨੂੰ ਕਾਫੀ ਸਾਰੇ ਕੁਐਸਚਨ ਆ ਗਏ ਨੇ ਕਹਿੰਦੇ ਹੁਣ ਪੰਜਾਬ ਜੀ ਕੇ ਦੀ ਕਲਾਸ ਨੂੰ ਕੀ ਕਰਿਆ ਕਰੀਏ ਮੈਂ ਕਹਾ ਮੇਰੀ ਗੱਲ ਸੁਣੋ ਤੁਸੀਂ ਵੀ ਸੁਣੋ ਜੇ ਕਿਸੇ ਨੂੰ ਲੱਗਦਾ ਨਾ ਯੋਨ ਠੀਕ ਆ ਜੀ ਹੁਣ ਕਿਹੜੀ ਗੱਲ ਆ ਇੱਕ ਗੱਲ ਮੈਨੂੰ ਦੱਸੋ ਵੀ ਤੁਸੀਂ ਤੁਹਾਡੇ ਘਰਦਿਆਂ ਨੇ ਕੀ ਡਿਊਟੀ ਲਈ ਆ ਤੁਸੀਂ ਇਸ ਕੁਐਸਚਨ ਦਾ ਆਨਸਰ ਕਰੋ ਤੁਹਾਡੇ ਘਰਦਿਆਂ ਨੇ ਕੀ ਡਿਊਟੀ ਲਈ ਆ ਪੇਰੈਂਟਸ ਨੇ ਵੀ ਤੁਸੀਂ ਪੜ੍ਹ ਕੇ ਕੀ ਕਰਨਾ ਹੈ ਨੌਕਰੀ ਲੈਣੀ ਹੈ ਇਹ ਹੀ ਡਿਊਟੀ ਆ ਸਰ ਹਾਂਜੀ ਇਹ ਹੀ ਡਿਊਟੀ ਆ ਜੀ ਵੀ ਸਟੱਡੀ ਕਰੋ ਤੇ ਨੌਕਰੀ ਲੱਗੋ ਉਹਦੇ ਵਿੱਚ ਪੰਜਾਬ ਜੀ ਕੇ ਵੀ ਆਉਣੀ ਆ ਉਹਦੇ ਵਿੱਚ ਪੰਜਾਬ ਜੀਕੇ ਵੀ ਆਉਣੀਆਂ ਸਾਡੇ ਕੋਲ 4 ਤੋਂ ਲੈ ਕੇ 5 ਵਜੇ ਤੱਕ ਟਾਈਮ ਵੀ ਹੁੰਦਾ ਆ ਤੇ ਫਿਰ ਕਿਉਂ ਨਾ ਕਿਉਂਕਿ ਮੰਨ ਕੇ ਚੱਲੋ ਵੀ ਜਿਹੜੇ ਪੁਰਾਣੇ ਬੱਚੇ ਆ ਫੋਰ ਐਗਜ਼ਾਮਪਲ ਕੋਈ ਬਹੁਤ ਸਾਰੇ ਪੁਰਾਣੇ ਬੱਚੇ ਆ ਉਹਨਾਂ ਨੂੰ ਲੱਗਦਾ ਕਿ ਸਰ ਹੁਣ ਸਾਨੂੰ ਪੰਜਾਬ ਜੀਕੇ ਵਧੀਆ ਆ ਗਈ ਆ ਜੇ ਇੱਕ ਕਲਾਸ ਦੇ ਵਿੱਚੋਂ ਤੁਹਾਨੂੰ ਪੰਜ ਗੱਲਾਂ ਵੀ ਨਵੀਆਂ ਰੋਜ਼ ਸਿੱਖਣ ਨੂੰ ਮਿਲ ਜਾਣ ਤੇ ਬਾਕੀ ਸਾਰੀਆਂ ਗੱਲਾਂ ਦੀ ਰਿਵੀਜ਼ਨ ਹੋ ਜਵੇ ਤੇ ਹੋਰ ਦੱਸੋ ਫਿਰ ਕੀ ਚਾਹੀਦਾ ਜੀ ਕਿਉਂਕਿ ਐਟ ਦੀ ਐਂਡ ਇਗਜ਼ਾਮ ਦੇ ਵਿੱਚ ਨਵੀਆਂ ਗੱਲਾਂ ਪਲੱਸ ਮੋਸਟ ਇੰਪੋਰਟੈਂਟ ਰਿਵੀਜ਼ਨ ਹੋਣੀ ਚਾਹੀਦੀ ਹੈ ਇਦਾਂ ਦੀ ਪੰਜਾਬ ਜੀ ਕੇ ਕਰ ਲਿਓ ਕਿ ਪੇਪਰ ਦੇ ਵਿੱਚ ਬੈਠਿਆ ਤੇ ਇੱਕ ਵੀ ਗਲਤੀ ਨਾ ਹੋਵੇ ਤਾਂ ਸਮਝੋ ਫਿਰ ਬੱਲੇ ਬੱਲੇ ਜੀ ਸਹਿਮਤ ਹੋਗਾ ਸਹੀ ਨਹੀਂ ਸਹਿਮਤ ਦੱਸੋ ਸਹਿਮਤ ਹਾਂ ਕਿ ਨਹੀਂ ਸਹਿਮਤ ਹਾਂ ਓਕੇ ਜੀ ਦੇਖੋ ਇਸੇ ਲੈਵਲ ਨੇ ਹੁਣ ਤੱਕ ਦੋ ਪੇਪਰ ਹੋਏ ਨੇ ਲੇਟੈਸਟ ਕਲੀਅਰ ਕਰਾਏ ਨੇ ਜੇ ਕਿਸੇ ਸਟੂਡੈਂਟ ਨੂੰ ਲੱਗਦਾ ਕਿ ਸਰ ਲੈਵਲ ਹਾਈ ਹੋਣਾ ਚਾਹੀਦਾ ਆ ਮੈਨੂੰ ਨਹੀਂ ਪਤਾ ਇਹ ਤੋਂ ਲੈਵਲ ਹਾਈ ਕੀ ਆਊਗਾ ਪਰ ਮੈਨੂੰ ਇਨਾ ਪਤਾ ਆ ਜਿਹੜੇ ਮੈਂ ਕੁਐਸਚਨ ਕਰਾ ਰਿਹਾ ਆ ਜਿਹੜੀਆਂ ਮੈਂ ਗੱਲਾਂ ਬੋਲ ਕੇ ਦੱਸ ਰਿਹਾ ਆ ਜਿਹੜਾ ਜਿਹੜਾ ਸਟੂਡੈਂਟ ਨੂੰ ਨੋਟ ਕਰੀ ਚੱਲੂਗਾ ਜਿਹੜਾ ਸਟੂਡੈਂਟ ਦੀ ਰਿਵੀਜ਼ਨ ਕਰਦਾ ਜਾਊਗਾ ਉਹਦਾ ਪੇਪਰ ਸਹੀ ਹੋ ਜਾਊਗਾ ਪਟਵਾਰੀ ਵਾਲੇ ਇੱਕ ਵਾਰ ਯੈਸ ਲਿਖ ਦਿਓ ਜਿਹੜੇ ਪਟਵਾਰੀ ਦਾ ਪੇਪਰ ਦੇਖਿਆ ਇਹਨੇ ਗੱਲ ਸਹੀ ਆ ਕਿ ਗਲਤ ਆ ਜੀ ਦੱਸੋ ਮੈਨੂੰ ਨਹੀਂ ਪਤਾ ਕਿਉਂਕਿ ਕਿਸੇ ਵੀ ਟੀਚਰ ਦੇ ਹਰੇਕ ਟੀਚਰ ਕੋਲ ਮੈਂ ਬੜਾ ਘੈਂਟ ਪੜਾਉਣਾ ਮੈਂ ਵੀ ਕਹੂੰਗਾ ਪਰ ਜਿਹੜੇ ਪੇਪਰ ਹੋ ਕੇ ਹਟੇ ਨੇ ਉਹ ਦੱਸਦੇ ਹੁੰਦੇ ਆ ਕਿ ਤੁਸੀਂ ਕਿਦਾਂ ਦਾ ਪੜਾਇ ਤੇ ਤੁਹਾਡੇ ਸਟੂਡੈਂਟ ਦੱਸਣਗੇ ਤੁਸੀਂ ਕਿਦਾਂ ਦਾ ਪੜਾਇਆ ਤੇ ਮੈਨੂੰ ਆਪਣੇ ਸਟੂਡੈਂਟਸ ਤੇ ਮਾਣ ਹੈ ਕਿ ਉਹਨਾਂ ਨੇ ਵਧੀਆ ਪੜਿਆ ਹੈ ਉਹਨਾਂ ਸਟੋਰੀ ਮੈਂ ਕਿੰਨੀ ਵਧੀਆ ਸੁਣਾਈ ਸੀਗੀ ਚਨਾਬ ਦਾ ਪੁਰਾਣਾ ਨਾਮ ਮੈਂ ਦੱਸਿਆ ਸੀਗਾ ਚਨਾਬ ਉਹ ਨਦੀਆ ਜਿਹਦੇ ਵਿੱਚ ਸੋਨੀ ਤੇ ਮਹੀਵਲ ਕਿਰੇ ਸੀਗੇ ਕਿ ਕਰਨ ਗਏ ਸੀਗੇ ਉਹ ਸੋਨੀ ਗਈ ਸੀ ਨਾ ਤਰਨ ਹੁਣ ਆ ਗੱਲ ਸੀਗੀ ਇੱਕ ਇਹਦੇ ਵਿੱਚੋਂ ਕੁਐਸਚਨ ਆਇਆ ਹੋ ਸਿਗਾ ਦੱਸੋ ਕਿਹਨੂੰ ਕਿਹਨੂੰ ਯਾਦ ਆ ਐਕਸਰਸਾਈਜ਼ ਦੇ ਵਿੱਚ ਇਥੋਂ ਕੁਐਸਚਨ ਆ ਗਿਆ ਮੇਰੀ ਗੱਲ ਦੇ ਵਿੱਚੋਂ ਕਹਾਣੀ ਦੇ ਵਿੱਚੋਂ ਮੈਂ ਕਹਾਂ ਜਿਹੜੀ ਸੋਹਣੀ ਸੀਗੀ ਉਹ ਮਹੀਵਾਲ ਨੂੰ ਮਿਲਣ ਚੱਲੀ ਸੀਗੀ ਚਨਾਬ ਨਦੀ ਉਹਨੇ ਪਾਰ ਕਰਨੀ ਸ਼ੁਰੂ ਕਰ ਦਿੱਤੀ ਕੱਚੇ ਘੜੇ ਦੇ ਨਾਲ ਤੇ ਭਾਈ ਕੱਚਾ ਘੜਾ ਖੁਰ ਗਿਆ ਤੇ ਵਿਚਾਰੀ ਡੁੱਬ ਗਈ ਆਸ਼ਕੀ ਕਰਦੀ ਕਰਦੀ ਚਨਾਬ ਚ ਡੁੱਬ ਗਈ ਸੀਗੀ ਇਸ ਤਰੀਕੇ ਨਾਲ ਮੈਂ ਯਾਦ ਕਰਾਇਆ ਐਗਜ਼ਾਮੀਨਰ ਨੇ ਪੁੱਛ ਲਿਆ ਬੀ ਸੋਹਣੀ ਮਹੀਵਾਲ ਦੀ ਸਟੋਰੀ ਕਿਹੜੀ ਨਦੀ ਤੇ ਸੀਗੀ ਦੱਸੋ ਮੈਂ ਕਹਾਂ ਜਿਹੜਿਆ ਨੇ ਕਲਾਸ ਲੈਸੀ ਉਹਨਾਂ ਮੁੱਛਾਂ ਨੂੰ ਵੜ ਦੇਣ ਲੈ ਵੀ ਮੈਂ ਕਹਾਂ ਉਹ ਤੁਹਾਨੂੰ ਛੇਤੀ ਕਿਤੇ ਲੱਭਣਾ ਹੋਣੀ ਸੀਗਾ ਤੁਸੀਂ ਕਲਾਸ ਸੁਣੀ ਸਟੋਰੀ ਆਨਸਰ ਕਰਨ ਦਾ ਲੋ ਜੀ ਆਨਸਰ ਆ ਗਿਆ ਹੈਨਾ ਚਲੋ ਜੀ ਅੱਗੇ ਕਿਉਂਕਿ ਮੰਨ ਲਓ ਕੁਐਸਚਨ ਦੇਖਣ ਨੂੰ ਸੌਖਾ ਜ਼ਰੂਰ ਆ ਪਰ ਇਨਫੋਰਮੇਸ਼ਨ ਦੇਖੋ ਤੁਹਾਡੇ ਕੋਲ ਕਿੰਨੀ ਪਹੁੰਚ ਜਾਂਦੀ ਆ ਹੂ ਵਾਸ ਦਾ ਫਰਸਟ ਵਨ ਟੂ ਐਸਟੈਬਲਿਸ਼ ਦਾ ਸਿੱਖ ਰੂਲ ਹੁਣ ਕੌਣ ਸੀ ਗੱਨਾ ਵਿੱਚੋਂ ਪਹਿਲਾ ਜਿਹਨੇ ਸਿੱਖ ਰੂਲ ਸਟੈਬਲਿਸ਼ ਕੀਤਾ ਹੁਣ ਦੇਖੋ ਜੀ ਕੁਐਸਚਨ ਕਿੰਨਾ ਕੰਟਰੋਵਰਸ਼ੀਅਲ ਆਗਾ ਤੁਸੀਂ ਕਹੋਗੇ ਸਰ ਜੀ ਐਸੇ ਤਾਂ ਜੋ ਵੀ ਪੜਿਆ ਹੋਇਆ ਜੀ ਆ ਬਾਬਾ ਬੰਦਾ ਸਿੰਘ ਬਹਾਦਰ ਵੀ ਪੜਿਆ ਆ ਤੁਸੀਂ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਟਿਕ ਕਰ ਦਿੱਤਾ ਹਾਂਜੀ ਕਰ ਦਿੱਤਾ ਕਿਉਂਕਿ ਇੱਥੇ ਆਪਸ਼ਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਹੈ ਜੇ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਤਾਂ ਆਪਾਂ ਉਹ ਟਿਕ ਕਰ ਦਿੰਦੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਨਾ ਟਿਕ ਕਰਦੇ ਸਿੰਪਲ ਓਕੇ ਜੀ ਚੱਲੀਏ ਅੱਗੇ ਚਲੋ ਅਗਲੇ ਕੁਐਸਚਨ ਤੇ ਆਉਨੇ ਆਪਾਂ ਅਗਲਾ ਕੁਐਸਚਨ ਕਹਿੰਦੇ ਇਹਨਾਂ ਵਿੱਚੋਂ 뮤지컬 ਇਨਸਟਰੂਮੈਂਟ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਮਰਦਾਨਾ ਜੀ ਸੀਗੇ ਉਹ ਕਿਹਨੂੰ ਵਜਾਉਂਦੇ ਸੀਗੇ ਕਿਹੜਾ ਇਹਨਾਂ ਵਿੱਚੋਂ 뮤지컬 ਇਨਸਟਰੂਮੈਂਟ ਸੀਗਾ ਜੋ ਕਿ ਭਾਈ ਮਰਦਾਨਾ ਜੀ ਦੁਆਰਾ ਵਜਾਇਆ ਜਾਂਦਾ ਸੀਗਾ ਤਾਨਪੂਰਾ ਸਿਤਾਰ বীਣਾ ਜਾਂ ਫਿਰ ਰਬਾਬ ਕਿਹੜਾ ਸੀਗਾ ਲੋ ਜੀ ਦੋ ਗੱਲਾਂ ਆ ਪਹਿਲੀ ਗੱਲ ਤਾਂ ਇਹ ਉਹ ਸਟੂਡੈਂਟ ਜਿਹੜੇ ਅੱਜ ਲੇਟ ਆਏ ਨੇ ਉਹਨਾਂ ਨੂੰ ਮੈਂ ਕਹਿ ਦਵਾਂ ਆਪਣੀ ਕਲਾਸ ਦੀ ਟਾਈਮਿੰਗ 4 ਵਜੇ ਹੁੰਦੀ ਹੈ ਤੁਸੀਂ ਕੱਲ ਤੋਂ 4 ਵਜੇ ਆਉਣਾ ਹੈ ਠੀਕ ਹੈ ਦੱਸੋ yes ਲਿਖ ਕੇ ਕਿ ਕਿਹੜਾ ਕਿਹੜਾ ਕੱਲ ਨੂੰ 4 ਵਜੇ ਆਊਗਾ ਇੱਥੇ yes ਲਿਖ ਦਿਓ ਜਿਨ੍ਹਾਂ ਨੇ ਕੱਲ ਨੂੰ 4 ਵਜੇ ਆਣਾ ਕਮੈਂਟ ਬਾਕਸ yes ਲਿਖ ਦਿਓ ਤੇ ਦੂਜੀ ਗੱਲ ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਭਾਈ ਤੁਸੀਂ ਲਾਈਕ ਵੀ ਜ਼ਰੂਰ ਕਰ ਦਿਓ ਇਹ ਦੋ ਗੱਲਾਂ ਨੇ ਬਾਕੀ ਜ਼ਿੰਮੇਵਾਰੀ ਮੇਰੀ ਆ ਤੁਸੀਂ 4 ਵਜੇ ਪਹੁੰਚਣ ਵਾਲੇ ਬਣੋ ਤੇ ਲਾਈਕ ਕਰਨ ਵਾਲੇ ਬਣੋ ਬਾਕੀ ਜ਼ਿੰਮੇਵਾਰੀ ਮੇਰੀ ਹੈ ਰਵਾਬ ਸੀਗਾ ਹੁਣ ਮੈਂ ਇੱਥੇ ਛੱਡ ਨਹੀਂ ਸਕਦਾ ਰਵਾਬ ਨੂੰ ਇਕੱਲੇ ਨੂੰ ਨਹੀਂ ਛੱਡ ਸਕਦਾ ਕਿਉਂ ਕਿਉਂਕਿ ਮੈਂ ਚਾਰ ਗੱਲਾਂ ਹੋਰ ਦੱਸਣੀਆਂ ਨੇ ਕਿਹੜੀਆਂ-ਕਿਹੜੀਆਂ ਕਹਿੰਦੇ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾ ਇਨਸਟਰੂਮੈਂਟ ਯੂਜ਼ ਕੀਤਾ ਗਿਆ ਸੀਗਾ ਕਿਹੜਾ ਸੀਗਾ ਸਰ ਰਵਾਬ ਸੀਗਾ ਜੀ ਕਿਹੜਾ ਸੀਗਾ ਰਵਾਬ ਕੌਣ ਯੂਜ਼ ਕਰਦਾ ਸੀਗਾ ਜੀ ਭਾਈ ਮਰਦਾਨਾ ਜੀ ਯੂਜ਼ ਕਰਦੇ ਸੀਗੇ ਕਹਿੰਦੇ ਕਿ ਇਹਨਾਂ ਦੇ ਟਾਈਮ ਦੀ ਗੱਲ ਆ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੀ ਗੱਲ ਆ ਰਵਾਬ ਜਿਹੜਾ ਹੈਗਾ ਇਹ ਅਫਗਾਨਿਸਤਾਨ ਦਾ ਇਨਸਟਰੂਮੈਂਟ ਹੈ ਇਹ ਰਵਾਬ ਬਾਰੇ ਹੋ ਗਿਆ ਛੇਵੀਂ ਪਾਤਸ਼ਾਹੀ ਨੇ ਤੌਂਸ ਨਾਂ ਦੇ ਇਨਸਟਰੂਮੈਂਟ ਦੀ ਖੋਜ ਕੀਤੀ ਸੀਗੀ ਕਿ ਇਹਨਾਂ ਨੇ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 6ਵੀਂ ਪਾਸ਼ਾ ਜੀ ਨੇ ਤੌਂਸ ਓਕੇ ਸਰ ਉਦੋਂ ਦਿਲਰੁਬਾ ਦੀ ਗੱਲ ਕਰੀਏ ਕਿ ਇਨਸਟਰੂਮੈਂਟ ਵਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦੀ ਖੋਜ ਕੀਤੀ ਆ ਦਿਲਰੁਬਾ ਤੇ ਅਸੀਂ ਤਿੰਨ ਇਨਸਟਰੂਮੈਂਟ ਕਰ ਲਏ ਨੇ ਰਵਾਬ ਦੀ ਇੰਪੋਰਟੈਂਸ ਦੇਖ ਲਈ ਹੈ ਸਾਰੀ ਸਟੋਰੀ ਰਿਵਾਈਜ਼ ਹੋ ਗਈ ਆ ਹੁਣ ਦੱਸੋ ਜੀ ਕੰਮ ਓਕੇ ਆ ਕਿ ਨਹੀਂ ਓਕੇ ਡਨ ਹੈ ਚੱਲੀਏ ਅਗਲੇ ਕੁਐਸਚਨ ਤੇ ਆ ਚੱਕੋ ਅਗਲਾ ਕੁਐਸਚਨ ਕਹਿੰਦੇ ਇਨ ਹੂਜ਼ ਰੇਨ ਕਿਹਦੇ ਟਾਈਮ ਦੀ ਗੱਲ ਆ ਵੀ ਹਿਊਨ ਸਾਂਗ ਇੰ ਹਿਊਨ ਸੰਗ ਇੰਡੀਆ ਆਇਆ ਸੀਗਾ ਕਿਹਦੇ ਟਾਈਮ ਦੀ ਗੱਲ ਐ ਬਾਵਾ ਬੰਦੇ ਆਪਣੇ ਇੰਡੀਆ ਆਏ ਸੀ ਨਾ ਬਾਹਰੋਂ ਹੁਣਾਂ ਵਾਰੇ ਪੜਾਂਗੇ ਕੱਲਾ ਹਿਊਨ ਸੰਗ ਬਾਰੇ ਨਹੀਂ ਪੜਾਂਗੇ ਬਾਕੀਆਂ ਬਾਰੇ ਵੀ ਪੜਦੇ ਆਂ ਫਿਰ ਦੱਸੋ ਭਾਈ ਯੈਸ ਬਹੁਤ ਘੱਟ ਸਟੂਡੈਂਟ ਦੀ ਆਈ ਆ 400 ਬੱਚੇ ਨੇ ਯੈਸ ਕਿਹਾ ਬਾਕੀਆਂ ਨੇ ਨਹੀਂ ਆਉਣਾ ਪੂਰੇ 4 ਵਜੇ ਕੀ ਚੱਕਰ ਹਰਸ਼ਵਰਧਨ ਕਹਿੰਦੇ ਹਰਸ਼ਵਰਧਨ ਦੇ ਟਾਈਮ ਤੇ ਆਇਆ ਸੀਗਾ ਹਿਊਨ ਸੰਗ ਠੀਕ ਆ ਹਰਸ਼ਵਰਧਨ ਦੇ ਟਾਈਮ ਦੇ ਉੱਤੇ ਓਕੇ ਸਰ ਅੱਗੇ ਚੱਲਦੇ ਆ ਜੀ ਕਹਿੰਦੇ ਇੱਕ ਡਿਮਾਚੋ ਸੀਗਾ ਇਹ ਬੰਦਾ ਬਿੰਦੂਸਰ ਦੇ ਟਾਈਮ ਤੇ ਆਇਆ ਸੀਗਾ ਇਹ ਵੀ ਯਾਦ ਕਰ ਲਿਓ ਉਸ ਤੋਂ ਬਾਅਦ ਮਗੇਸਥਨਿਸ ਦੀ ਗੱਲ ਕਰੀ ਤਾਂ ਚੰਦਰਗੁਪਤ ਮੌਰੀਆ ਦੇ ਟਾਈਮ ਤੇ ਆਇਆ ਸੀਗਾ ਫਾਹਿਆਨ ਦੀ ਗੱਲ ਕਰੀਏ ਚੰਦਰਗੁਪਤ 2 ਦੇ ਟਾਈਮ ਤੇ ਆਇਆ ਸੀਗਾ ਤੇ ਇਬਨ ਬਤੂਤਾ ਦੀ ਗੱਲ ਕਰੀਏ ਮੁਹੰਮਦ ਬਿਨ ਤੁਗਲਕ ਦੇ ਟਾਈਮ ਤੇ ਆਇਆ ਸੀਗਾ ਇਹ ਇੰਪੋਰਟੈਂਟ ਆ ਜੀ ਇਹ ਕੀਨੇ ਇੰਪੋਰਟੈਂਟ ਹੈ ਚੱਲੀਏ ਅੱਗੇ ਇੰਪੋਰਟੈਂਟ ਆ ਯਾਦ ਹੋ ਗਿਆ ਨੋਟ ਕਰ ਲਿਓ ਪੇਪਰ ਚ ਆ ਸਕਦੇ ਨੇ ਇਹ ਵੀ ਅਗਲਾ ਕੁਐਸਚਨ ਕਹਿੰਦੇ ਇੰਡਿਕਾ ਵਿਚ ਇਜ਼ ਐਨ ਅਕਾਊਂਟ ਆਫ ਦਾ ਮੋਰੈਂਜ਼ ਇੰਡੀਆ ਵਾਸ ਆਥਰਡ ਬਾਈ ਇੰਡਿਕਾ ਕਹਿੰਦੇ ਕਿਹਨੇ ਲਿਖੀ ਸੀਗੀ ਇਹ ਇੰਡਕਾ ਗੱਡੀ ਨਹੀਂ ਹੈਗੀ ਟਾਟਾ ਵਾਲਿਆਂ ਦੀ ਇਹ ਇੰਡਕਾ ਕਿਤਾਬ ਹੈ ਤੇ ਇਹ ਕਿਤਾਬ ਕਹਿੰਦੇ ਕਿਹਨੇ ਲਿਖੀ ਸੀਗੀ ਇਹ ਤੁਸੀਂ ਮੈਨੂੰ ਦੱਸਣਾ ਹੈ ਹਾਂਜੀ ਇਹ ਪੰਜਾਬ ਪੁਲਿਸ ਦੀ ਕਲਾਸ ਹੈ ਜੀ ਨਿਤਨ ਵਿਸ਼ਨੋਈ ਜੀ ਆਪ ਲਗਾ ਸਕਦੇ ਹੋ ਜੀ ਪੰਜਾਬ ਪੁਲਿਸ ਕੇ ਲਈ ਆਪ ਲਗਾ ਸਕਦੇ ਹੋ ਹ ਕੋਸ਼ਿਸ਼ ਜ਼ਰੂਰ ਕਰਿਓ ਵੀ ਕੱਲ ਨੂੰ ਪੂਰੇ 4 ਵਜੇ ਜ਼ਰੂਰ ਪਹੁੰਚੋ ਮੈਗਾਸਥਨੀਜ਼ ਨੇ ਲਿਖੀ ਸੀ ਕਿੰਨੇ ਲਿਖੀ ਸੀਗੀ ਮੈਗਾਸਥਨੀਜ਼ ਨੇ ਓਕੇ ਬੁੱਕ ਦੇ ਉੱਤੇ ਜ਼ਰੂਰ ਲੈ ਆ ਕਰਾਂਗੇ ਬੁੱਕ ਦੇ ਉੱਤੇ ਜ਼ਰੂਰ ਲੈ ਆ ਕਰਾਂਗੇ ਦੋ ਦਿਨ ਕੁਐਸਚਨ ਮੈਗਾਸਥਨੀਜ਼ ਦੇ ਹੁਣ 30 ਵਿੱਚੋਂ ਕਿੰਨੇ ਠੀਕ ਹੋ ਗਏ ਦੱਸੋ 30 ਵਿੱਚੋਂ ਕਿਹਦੇ ਕਿੰਨੇ ਠੀਕ ਹੈ ਜੀ 30 ਆਊਟ ਆਫ ਕਿੰਨੇ ਨੇ ਹੁਣ ਲਗਭਗ ਇੱਕ ਕੁਐਸਚਨ ਨਾਲ ਮੈਂ ਦੋ ਤਿੰਨ ਤਾਂ ਐਕਸਟਰਾ ਕਰਾਈ ਦੇਣਾ ਤੇ ਉਮੀਦ ਆ ਤੁਹਾਡੇ ਹੁਣ ਤੱਕ 100 ਦੇ ਨੇੜੇ ਤੇ ਆਪਾਂ ਇਨਫੋਰਮੇਸ਼ਨ ਇਕੱਠੀ ਕਰ ਲਈ ਹੋਊਗੀ ਲਓ ਜੀ ਅਗਲਾ ਕੁਐਸਚਨ ਕਿਹੜੀ ਨਦੀ ਦੇ ਕਿਨਾਰੇ ਹੜੱप्पा ਸਿਟੀ ਸਿਚੁਏਟਿਡ ਹੈ ਹੁਣੇ ਬਾਕਾਇਦਾ ਹੜੱਪਾ ਪੁੱਛਦਾ ਜੀ ਤੀਜੇ ਜothe ਕੁਐਸਚਨ ਮੈਂ ਕਰਾਇਆ ਵੀ ਸੀਗਾ ਮੈਪ ਵੀ ਦਿਖਾਇਆ ਸੀਗਾ ਸ਼ਾਇਦ 10ਵਾਂ ਕੁਐਸਚਨ ਸੀਗਾ ਹੁਣ ਮੈਂ ਦੇਖਣਾ ਜਿਹੜੇ ਸਟਾਰਟਿੰਗ ਤੋਂ ਜੁੜੇ ਹੋਣਗੇ ਉਹ ਦੱਸ ਦੇਣਗੇ ਜੀ ਕਨਸਟੇਬਲ ਦਾ ਲੈਵਲ ਇਦਾਂ ਦਾ ਆ ਜਾਊਗਾ ਜੀ ਟੈਨਸ਼ਨ ਨਾ ਲਓ ਘਬਰਾਓ ਨਾ ਤੁਸੀਂ ਖੜੇ ਯਾਰ ਅਸੀਂ ਦੱਸ ਲੈ ਤੁਸੀਂ ਪੇਪਰ ਦੇ ਕੇ ਆਇਓ ਫਿਰ ਦੱਸਿਓ ਕੀ ਸੀਗਾ ਲੈਵਲ ਸਿੰਪਲ ਜੀ ਗੱਲ ਆ ਪੰਜਾਬ ਜੀਕੇ ਵਿੱਚ ਫਿਕਰ ਕਰਨ ਦੀ ਲੋੜ ਹੈ ਹੀ ਨਹੀਂ ਜੀ ਠੀਕ ਹੈ ਪੰਜਾਬ ਜੀਕੇ ਵਿੱਚ ਫਿਕਰ ਕਰਨ ਦੀ ਲੋੜ ਹੈ ਹੀ ਨੀਗੀ ਕੀ ਸਿਗਾ ਜੀ ਕਹਿੰਦੇ ਰਾਵੀ ਨਦੀ ਦੇ ਕਿਨਾਰੇ ਤੇ ਹੈ ਭਾਈ ਕਿਹੜਾ ਹੜੱਪਾ ਕਿਉਂ ਕਿਉਂ ਸੀ ਲਾ ਰਹੇ ਹੋ ਕਿਉਂ ਸੀ ਲਾ ਰਹੇ ਹੋ ਜੀ ਇੰਡਸ ਨੀਗਾ ਇੰਡਸ ਨੀਗਾ ਇੰਡਸ ਦੇ ਕਿਨਾਰੇ ਸਾਡੇ ਕੋਲੇ ਮੋਹਨਜੋਦੜੋ ਆ ਹੜੱਪਾ ਰਾਵੀ ਦੇ ਕਿਨਾਰੇ ਤੇ ਹੀ ਹੈ ਓਕੇ ਚਲੋ ਸਰ ਅਗਲਾ ਕੁਐਸਚਨ ਆਹ ਲਓ ਜੀ ਮੈਪ ਆ ਗਿਆ ਪਹਿਲਾਂ ਵੀ ਕੀਤਾ ਫਿਰ ਆ ਗਿਆ ਇਹ ਮੈਂ ਤੁਹਾਨੂੰ ਇਦੀ ਪੀਡੀਐਫ ਨਾਲ ਭੇਜ ਦੂੰਗਾ ਮੈਪ ਤੁਸੀਂ ਫੋਨ ਦੇ ਵਿੱਚੋਂ ਐਪ ਨੂੰ ਇੰਸਟਾਲ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤੀ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਕਹਿੰਦੇ ਖਵਾਜ਼ਾ ਚਿਸਤੀ ਕੇਮ ਟੂ ਇੰਡੀਆ ਜਾਂ ਕਹੇ ਦਿਓ ਕੇਮ ਟੂ ਰਾਜਸਥਾਨ ਡਿਊਰਿੰਗ ਹੂਜ਼ ਰੇਨ ਜਿਹੜਾ ਖਵਾਜ਼ਾ ਮੁਇਮਦਿਨ ਚਿਸਤੀ ਸੀਗਾ ਜਿਹੜਾ ਕਿ 1192 ਵਿੱਚ ਇੰਡੀਆ ਆਇਆ ਸੀਗਾ ਕਹਿੰਦੇ ਉਹ ਕਿਹਦੇ ਰਾਜ ਦੇ ਦੌਰਾਨ ਆਇਆ ਸੀਗਾ ਉਸ ਟਾਈਮ ਦੇ ਉੱਤੇ ਇੰਡੀਆ ਤੇ ਕੌਣ ਖਾਸ ਕਰਕੇ ਰਾਜਸਥਾਨ ਚ ਕੌਣ ਰੂਲ ਕਰ ਰਿਹਾ ਸੀਗਾ ਜਦੋਂ ਇਹ ਇੰਡੀਆ ਆਇਆ ਸੀ ਰਿਨੋ ਪ੍ਰithvi ਰਾਜ 4 ਜਾਂ ਫਿਰ ਅੰਡਰ ਦਾ ਰੇਨ ਆਫ ਦਾ ਅਰਨੁਜ ਅਰੁਨਾਰਚ ਜਾਂ ਫਿਰ ਅੰਡਰ ਦਾ ਰੇਨ ਆਫ ਦਾ ਗੋਵਿੰਦ ਰਾਜ ਤੇ ਜਾਂ ਫਿਰ ਕਹਿੰਦੇ ਅੰਡਰ ਦਾ ਰੇਨ ਆਫ ਦਾ ਪ੍ਰithvi ਰਾਜ ਚੋਹਾਨ ਇਹਨਾਂ ਵਿੱਚੋਂ ਕਿਹਦੇ ਰਾਜ ਦੇ ਟਾਈਮ ਦੇ ਉੱਤੇ ਬੰਦਾ ਹੋਇਆ ਸੀਗਾ ਕਹਿੰਦੇ ਸਰ ਜੀ ਜਦੋਂ ਪ੍ਰithvi ਰਾਜ ਚੋਹਾਨ ਨੇ ਪੇਚਾ ਪਾਇਆ ਸੀਗਾ ਕਿਹਦੇ ਨਾਲ ਮੁਹੰਮਦ ਗੋਰੀ ਦੇ ਨਾਲ ਪੈਗਾ ਸੀਗਾ ਚੱਕਰ ਹੋ ਗਈ ਸੀਗੀ ਲੜਾਈ ਪਹਿਲਾ 1191 ਚ ਲੜਾਈ ਹੋਈ ਸੀਗੀ ਤੇ ਉਦੋਂ ਉਦੋਂ 1192 ਵਿੱਚ ਮੈਂ ਨਾ ਕਦੇ ਕਦੇ ਕੁਝ ਏਦਾਂ ਦੇ ਇਤਿਹਾਸ ਕਰਾ ਜੇ ਜਿਨ੍ਹਾਂ ਨੇ ਬਹੁਤ ਰਾਜ ਨੂੰ ਸਟੈਬਲਿਸ਼ ਕੀਤਾ ਉਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੁੰਨਾ ਉਹਨਾਂ ਦੇ ਲੜਾਈ ਕਰਨ ਦੇ ਤਰੀਕੇ ਤੋਂ ਬੰਦੇ ਡਰਦੇ ਨਹੀਂ ਸੀ ਥੱਕਦੇ ਨਹੀਂ ਸੀ ਉਹ ਆਪਣੇ ਆਪ ਤੇ ਕੰਮ ਕਰਦੇ ਸੀਗੇ ਉਹਨਾਂ ਨੇ ਕਦੇ ਇਹ ਨਹੀਂ ਦੇਖਿਆ ਵੀ ਲੜਾਈ ਲੱਗੀ ਹਾਰ ਕੇ ਆ ਕੇ ਬੈਠ ਕੇ ਰੋਣ ਲੱਗ ਪਾ ਯਾਰ ਯਾਰ ਦੁਸ਼ਮਣ ਵਾਲਾ ਤਕੜਾ ਸੀਗਾ ਮੇਰੀ ਕਰਪਾਨ ਨੇ ਸਾਥ ਨਹੀਂ ਦਿੱਤਾ ਬਹਾਨੇ ਨਹੀਂ ਲਾਉਂਦੇ ਉਹ ਉਹ ਦੇਖਦੇ ਕਮੀ ਕਿੱਥੇ ਨਿਕਲੀ ਹੈ ਤੇ ਮੈਂ ਉਸ ਕਮੀ ਨੂੰ ਅਗਲੀ ਵਾਰ ਦੂਰ ਕਰਨਾ ਬਸ ਗੱਲ ਖਤਮ ਆ ਜੀ ਸਾਡੀ ਜ਼ਿੰਦਗੀ ਚ ਕੀ ਚੀਜ਼ ਗਲਤ ਆ ਸੀ ਬਹਾਨੇ ਬੋਲ ਆਪਦੇ ਅੱਜ ਤੱਕ ਅਸੀਂ ਆਪਦੀ ਗਲਤੀ ਕੱਢੀ ਹੋਈ ਨਹੀਂ ਗਈ ਕਿਤੇ ਜਾਣਦੇ ਆ ਕੋਈ ਗਲਤੀ ਹੋ ਗਈ ਨਾ ਕਿਤੇ ਵਿਚਾਰੀ ਗਰੀਬੜੀ ਬਿੱਲੀ ਲੰਗੀ ਮੋਰ ਦੀ ਤਾਂ ਵੀ ਕਹਿੰਦਾ ਲੈ ਬਿੱਲੀ ਦਾ ਕੱਟ ਗਈ ਸੀ ਤਾਂ ਇਦਾਂ ਹੋ ਗਿਆ ਐਦੀ ਹੁੰਦਾ ਨਾ ਫਲਾਨਾ ਕੰਮ ਹੋ ਗਿਆ ਤਾਂ ਇਦਾਂ ਹੋ ਗਿਆ ਮੇਰਾ ਪੈਨ ਚੱਲਣੋਂ ਹਟ ਗਿਆ ਤੇ ਪੇਪਰ 'ਚ ਤਾਂ ਇਦਾਂ ਹੋ ਗਿਆ ਜੀ ਮੇਰਾ ਸਿਰ ਦੁਖਣ ਲੱਗ ਪਿਆ ਮੇਰਾ ਉਹ ਹੋ ਗਿਆ ਮੈਂ ਘਬਰਾ ਗਿਆ ਮੈਨੂੰ ਟੈਨਸ਼ਨ ਹੋ ਗਈ ਮੇਰਾ ਤਾਂ ਪੇਪਰ ਨਹੀਂ ਵਧਿਆ ਹੋਇਆ ਮਕਸਦ ਪੇਪਰ ਵਧਿਆ ਕਰਨ ਨਾਲ ਆ ਕਹਿੰਦੇ ਜਿਹੜਾ ਔਖੀਆਂ ਕੰਡੀਸ਼ਨਾਂ ਵਿੱਚ ਵੀ ਕੰਮ ਤਕੜਾ ਕਰੇ ਉਹ ਹੀ ਯੋद्धा ਹੁੰਦਾ ਤੇ ਫਿਰ ਉਹਦੇ ਨਾਮ ਬਣਨਾ ਜਿਨੇ ਬਾਣੀ ਲੱਭਣੀ ਥੋੜੀ ਕੁਸ਼ਣਾ ਆ ਬੰਦਾ 1 ਸਾਲ ਪਹਿਲਾਂ ਹਾਰ ਕੇ ਗਿਆ ਸੀਗਾ ਤ੍ਰੇਨ ਦੀ ਬੈਟਲ ਵਿੱਚ ਕਨਵੇਂ ਵਿੱਚ ਅਗਲੇ ਸਾਲ ਫੇਰ ਆ ਗਿਆ ਕਹਿੰਦਾ ਜਿਹੜੀਆਂ ਗਲਤੀਆਂ ਪਿਛਲੀ ਵਾਰ ਕੀਤੀਆਂ ਅਗਲੀ ਵਾਰ ਨਹੀਂ ਕਰਨੀਆਂ ਆਇਆ ਜਿੱਤ ਕੇ ਅੱਧੇ ਇੰਡੀਆ ਤੇ ਰਾਜ ਕਰ ਗਿਆ ਸੀਗਾ ਆਪਦੀਆਂ ਗਲਤੀਆਂ ਪਛਾਣ ਗਿਆ ਅਗਲਾ ਕੁਐਸਚਨ ਵਟ ਵਰ ਦਾ ਸੂਫੀਜ਼ ਫਾਲੋਅਰ ਕਾਲਡ ਕਹਿੰਦੇ ਜੇ ਸੂਫੀ ਦਾ ਫਾਲੋਅਰ ਹੁੰਦਾ ਆ ਉਹਨੂੰ ਸੀ ਕੀ ਕਹਿੰਨੇ ਪੈਰੋਕਾਰ ਨੂੰ ਕੀ ਕਿਹਾ ਜਾਂਦਾ ਆ ਕਲਰ ਕਲਰ ਦੇ ਦੇਖੋ ਲੈਵਲ ਮੈਨੂੰ ਪਤਾ ਨਹੀਂ ਪਰ ਇਹਨਾਂ ਮੈਨੂੰ ਪਤਾ ਜਿੰਨਾ ਆਪਾਂ ਪੜ ਰਹੇ ਆ ਪੇਪਰ ਦੇ ਵਿੱਚ ਕੁਸ਼ਚਨ ਇਥੋਂ ਬਣ ਜਾਣਗੇ ਉਹ ਤੁਸੀਂ ਟੈਨਸ਼ਨ ਛੱਡ ਦਿਓ ਜੀ ਮੁਰੀਦ ਕੰਨ ਕਹਿੰਦੇ ਆਪਾਂ ਜੀ ਹਾਂ ਦੂਜਿਆਂ ਦੇ ਦੋਸ਼ ਲਾਉਣੇ ਛੱਡ ਦਿਓ ਬਸ ਫੋਕਸ ਔਨ ਯੂਅਰ self ਤੁਹਾਡੇ ਤੇ ਤੁਹਾਡੀ ਗਲਤੀਆਂ ਵੀ ਤੁਹਾਡੀਆਂ ਹੋਣਗੀਆਂ ਜਿੱਤਾਂ ਵੀ ਤੁਹਾਡੀਆਂ ਹੋਣਗੀਆਂ ਤੇ ਹਾਰਾਂ ਵੀ ਤੁਹਾਡੀਆਂ ਹੋਣਗੀਆਂ ਜਿੱਤਾਂ ਦੇ ਕਾਰਨ ਉਸ ਵਾਗਰੂ ਨੂੰ ਮੰਨ ਲਓ ਤੇ ਹਾਰਾਂ ਦਾ ਕਾਰਨ ਆਪਣੇ ਆਪ ਨੂੰ ਮੰਨ ਲਓ ਜਿੱਦਣ ਇਹ ਕਾਰਨ ਮੰਨਨੇ ਸ਼ੁਰੂ ਕਰਦੇ ਤੇ ਸਫਲਤਾ ਤੁਹਾਡੇ ਚਰਨਾ ਚਾਹ ਕੇ ਡੇਗ ਪੂਗੀ ਕਿ ਹੁਣ ਨਹੀਂ ਇਹਦੇ ਕੋਲੋਂ ਜਾਣਾ ਤਾਂ ਬੰਦਾ ਹੀ ਬੜਾ ਘੈਂਟ ਆ ਚਲੋ ਜੀ ਏਸੇ ਕਿ ਆਪਣੇ ਅੱਜ ਦੇ ਬਹੁਤ ਇੰਪੋਰਟੈਂਟ ਕੁਐਸਚਨ ਹੁਣ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਦੱਸੂਗਾ ਇੱਕ ਤਾਂ ਪੀਡੀਐਫ ਕਿੱਥੋਂ ਲੈਣੀ ਐ ਇਸ ਕਲਾਸ ਦੀ ਦੂਜੇ ਨੰਬਰ ਤੇ ਕੁਝ ਬੱਚੇ ਮਹਾਪੈਕ ਬਾਰੇ ਪੁੱਛ ਰਹੇ ਸੀਗੇ ਉਹਨਾਂ ਨੂੰ ਦੱਸਦਾ ਖਾਸ ਕਰਕੇ ਉਹ ਬੱਚੇ ਜਿਹੜੇ ਚਾਹੁੰਦੇ ਨੇ ਮੇਰੇ ਨਾਲ ਜੁੜਨਾ ਮੇਰੀ ਗਾਈਡੈਂਸ ਦੇ ਅੰਦਰ ਪੜਨਾ ਮੇਰੀਆਂ ਗਾਈਡੈਂਸ ਦੀਆਂ ਕਲਾਸਾਂ ਲੈਣੀਆਂ ਉਹ ਰੁਕ ਜਾਣਗੇ ਉਹ ਗੱਲ ਧਿਆਨ ਨਾਲ ਸੁਣ ਲੈਣਗੇ ਜੇ ਕਿਸੇ ਨੂੰ ਲੱਗਦਾ ਕਿ ਨਹੀਂ ਸਰ ਅਸੀਂ ਆਲਰੇਡੀ ਸਾਰਾ ਕੁਝ ਪੜ ਚੁੱਕੇ ਹਾਂ ਅਸੀਂ ਫਿਰ ਸਿਰ ਪ੍ਰੈਕਟਿਸ ਕਰਨੀ ਆ ਤੁਹਾਡੇ ਲਈ YouTube ਬੈਸਟ ਪਲੇਟਫਾਰਮ ਹੈ ਪ੍ਰੈਕਟਿਸ ਲਈ ਬਟ ਥਿਊਰੀ ਵਗੈਰਾ ਸਟਾਰਟਿੰਗ ਤੋਂ ਕਰਨੀ ਆ ਕੁਝ ਕਮੀਆਂ ਲੱਗ ਰਹੀਆਂ ਨੇ ਉਹਨਾਂ ਨੂੰ ਦੂਰ ਕਰਨਾ ਤਾਂ ਫਿਰ ਤੁਸੀਂ ਅੱਗੇ ਗੱਲ ਨੂੰ ਸੁਣ ਸਕਦੇ ਹੋ ਜੀ ਠੀਕ ਹੈ ਚਲੋ ਸੁਣਦੇ ਆ ਕਹਿੰਦੇ ਜੀ ਪਹਿਲਾਂ ਪੀਡੀਐਫ ਕਿੱਦਾਂ ਮਿਲੂਗੀ ਧਿਆਨ ਨਾਲ ਸੁਣੋ ਇਸ ਗੱਲ ਨੂੰ ਹੋ ਐਰਰ ਲਓ ਆ ਕਲਾਸ ਆਪਣੀ ਚੱਲ ਰਹੀ ਹੈ ਦੇਖੋ ਚੱਲ ਪਾ ਮਾਮਾ ਆ ਚੱਲ ਰਹੀ ਹੈ ਜੀ ਚੱਲ ਰਹੀ ਹੈ ਕਲਾਸ ਚੱਲ ਰਹੀ ਹੈ ਤੇ ਹਾਂ ਦੱਸਿਓ ਜਰੂਰ ਕਿੰਨੇ ਕਨੇ ਸਹੀ ਹੋ ਗਏ ਸੀਗੇ ਕਹਿੰਦੇ ਇਸ ਕਲਾਸ ਦੇ ਬਿਲਕੁਲ ਥੱਲੇ ਲਾਈਕ ਕਰ ਦਿਓ ਜਿਹਨਾਂ ਨੇ ਹਜੇ ਤੱਕ ਲਾਈਕ ਨਹੀਂ ਕੀਤਾ ਯਾਰ ਲਾਈਕ ਬਹੁਤ ਘੱਟ ਆ ਜੀ ਵੀ 150 ਲਾਈਕ ਘੱਟਾ ਲਾਈਕ ਕਰ ਦਿਓ ਜਿਹਨਾਂ ਨੇ ਹਜੇ ਤੱਕ ਕਲਾਸ ਲਾਈਕ ਨਹੀਂ ਕੀਤਾ ਇਸ ਕਲਾਸ ਦੇ ਥੱਲੇ ਤੁਹਾਡੇ ਫੋਨ ਦੇ ਵਿੱਚ ਸ਼ੋ ਮੋਰ ਇਹਦਾ ਲਿਖਿਆ ਹੋਊਗਾ ਕਰ ਦਿਓ ਕਈਆਂ ਫੋਨਾਂ ਵਿੱਚ ਹਜੇ ਵੀ ਨਹੀਂ ਸ਼ੋ ਹੋ ਰਿਹਾ ਨੀਲੇ ਅੱਖਰ ਉੱਤੇ ਫਿਰ ਦੁਬਾਰਾ ਲਿਖਿਆ ਹੋਊਗਾ ਸ਼ੋ ਮੋਰ ਮੋਰ ਲਿਖਿਆ ਹੋਊਗਾ ਉਹਨੂੰ ਵੀ ਓਕੇ ਕਰ ਦਿਓ ਜਿਵੇਂ ਹੀ ਮੋਰ ਓਕੇ ਕਰੋਗੇ ਠੀਕ ਹੈ ਜਿਵੇਂ ਹੀ ਮੋਰ ਓਕੇ ਕਰੋਗੇ ਤਾਂ ਸਾਨੂੰ ਕੁਛ ਇਦਾਂ ਦੇ ਨੀਲੇ-ਨੀਲੇ ਅੱਖਰਾਂ ਚ ਲਿਖਿਆ ਮਿਲੇਗਾ ਇੱਥੇ ਦੋ ਚੀਜ਼ਾਂ ਲਿਖਿਆ ਨੇ ਸਭ ਤੋਂ ਪਹਿਲਾਂ ਤਾਂ ਕਹਿੰਦੇ ਜੀ ਡਾਊਨਲੋਡ ਕਰੋ ਅੱਡਾ ਦੀ ਐਪ ਉਦੋਂ ਬਾਅਦ ਲਿਖਿਆ ਜੁਆਇਨ ਫਤੇਸਰ ਗਰੁੱਪ ਫੋਰ ਪੀਡੀਐਫ ਹਾਂਜੀ ਦੋਨੇ ਕੰਮ ਕਰਨੇ ਨੇ ਸਪਹਿਲਾਂ ਤਾਂ ਅਸੀਂ ਇਸ ਲਿੰਕ ਤੇ ਓਕੇ ਕਰਨਾ ਪੀਡੀਐਫ ਆਪਣੀ ਐਪ ਨੂੰ ਇੰਸਟਾਲ ਕਰਨ ਦੇ ਲਈ ਜਦੋਂ ਐਪ ਇੰਸਟਾਲ ਹੋ ਗਈ ਫਿਰ ਦੁਬਾਰਾ ਇਸ ਵੀਡੀਓ ਤੇ ਪਹੁੰਚੋ ਜੇ ਹਜੇ ਵੀ ਲਾਈਕ ਨਹੀਂ ਕੀਤਾ ਦੁਬਾਰਾ ਲਾਈਕ ਕਰ ਦਿਓ ਤੇ ਫਿਰ ਦੂਜੇ ਲਿੰਕ ਤੇ ਓਕੇ ਕਰੋ ਫਿਰ ਤੁਸੀਂ ਸਿੱਧਾ ਪੀਡੀਐਫ ਵਾਲੀ ਜਗ੍ਹਾ ਤੇ ਪਹੁੰਚ ਜਾਓਗੇ ਪਹਿਲਾ ਫਤੇ ਸਰ ਵਾਲੇ ਲਿੰਕ ਤੋਂ ਐਪ ਨੂੰ ਕਰੋ ਇੰਸਟਾਲ ਇੰਸਟਾਲ ਹੋ ਗਈ ਐਪ ਦੁਬਾਰਾ ਤੋਂ ਹੁਣ ਜਿਹੜਾ ਹੈਗਾ ਪੀਡੀਐਫ ਦੇ ਲਈ ਇਸ ਲਿੰਕ ਤੇ ਓਕੇ ਕਰੋ ਤੁਸੀਂ ਸਿੱਧਾ ਮੇਰੇ ਗਰੁੱਪ ਚ ਜਾਓਗੇ ਮੈਨੂੰ ਫੋਲੋ ਕਰ ਲਿਓ ਤੇ ਤੁਸੀਂ ਉੱਥੋਂ ਪੀਡੀਐਫ ਪਾ ਸਕਦੇ ਹੋ ਹੁਣ ਦੂਜੇ ਨੰਬਰ ਤੇ ਕਹਿੰਦੇ ਜੀ ਪੀਸੀਐਸ ਦੀ ਪ੍ਰੈਪਰੇਸ਼ਨ ਸਵੇਰੇ ਹੁੰਦੀ ਹੈ ਸ਼ਾਮ ਨੂੰ ਆਪੇ ਇਸ ਕਲਾਸ ਵਿੱਚ ਕੁਛ ਨਾ ਕੁਛ ਪੜਦੇ ਹਾਂ ਸਵੇਰੇ 9 ਵਜੇ ਵੀ ਹੋ ਜੀ ਹੁਣ ਕਹਿੰਦੇ ਐਡਮਿਸ਼ਨ ਕੇ ਮੇਲੇ ਲਈ ਕਿਦੋਂ ਬੱਚੇ ਪੁੱਛ ਰਹੇ ਸੀ ਕਿ ਮਹਾਪੈਕ ਦੇ ਵਿੱਚ ਮਹਾਪੈਕ ਦਾ ਪਹਿਲਾਂ ਮੈਂ ਦੱਸਦਾ ਪ੍ਰਾਈਸ ਡ੍ਰੌਪ ਆ ਠੀਕ ਹੈ ਜੀ ਕੀ ਹੈ ਸਾਡੇ ਕੋਲੇ ਮਹਾਪੈਕ ਦਾ ਪ੍ਰਾਈਸ ਡ੍ਰੌਪ ਆ ਪਹਿਲਾਂ ਨਾ ਭਾਈ ਇਹ ਕਲੀਅਰ ਕਰਦਾ ਅ ਜਿਹੜਾ ਅੱਗੇ ਮਹਾਪੈਕ 3219 ਦਾ ਹੁੰਦਾ ਸੀਗਾ 1 ਸਾਲ ਦੇ ਲਈ ਉਹਦਾ ਪ੍ਰਾਈਸ ਹੁਣ 2199 ਰੁਪਏ ਰਹੇਗਾ ਉਹ ਵੀ 2 ਸਾਲਾਂ ਦੇ ਲਈ ਠੀਕ ਹੈ ਤੇ ਇਹ ਸਾਰਾ ਕੁਝ ਡਿਸਕਾਊਂਟ ਮਿਲ ਰਿਹਾ ਹੈ 3200 ਤੋਂ 2100 ਤੱਕ ਗਾਈਡੈਂਸ ਦੀਆਂ ਕਲਾਸਾਂ ਮਿਲਣਗੀਆਂ ਪਲਾਨਿੰਗ ਬਣਾਉਣਾ ਕਿਵੇਂ ਆਪਾਂ ਤਿਆਰੀ ਕਰਨੀ ਆ ਇਹ ਸਾਰਾ ਕੁਝ ਮਿਲਦਾ ਜੀ ਡਿਸਕਾਊਂਟ ਕੋਡ Y565 ਲਾ ਕੇ ਇਹਦੇ ਵਿੱਚ ਵੀ ਰਿਵੈਜ਼ ਵੀ ਜ਼ਰੂਰ ਹੋਊਗਾ ਜੀ ਆ ਡਿਸਕਾਊਂਟ ਕੋਡ ਜ਼ਰੂਰ ਯਾਦ ਰੱਖਿਓ ਇਹਨੇ ਤੁਹਾਨੂੰ ਮੇਰੇ ਨਾਲ ਜੋੜਨਾ ਹੈ ਮੈਂ ਕਹੂੰਗਾ ਇਹ ਗਾਈਡੈਂਸ ਕੋਡ ਆ ਕਿਹੜਾ ਹੈ ਇਟ ਇਜ਼ ਦਾ ਗਾਈਡੈਂਸ ਕੋਡ ਆ ਫਤੇ ਸਰ ਫਤੇ ਸਰ ਦਾ ਗਾਈਡੈਂਸ ਕੋਡ ਹੈ ਜਿਹੜਾ ਕਿ ਤੁਹਾਨੂੰ ਮੇਰੇ ਨਾਲ ਜੋੜੂਗਾ ਡਿਸਕਾਊਂਟ ਤੁਹਾਨੂੰ ਆਟੋਮੈਟਿਕਲੀ ਮਿਲ ਹੀ ਜਾਣਾ ਹੁਣ ਫੋਨ ਦੇ ਵਿੱਚ ਓਪਨ ਕਰੋ ਜੀ ਐਪ ਨੂੰ ਜੋ ਇੰਸਟਾਲ ਹੋ ਚੁੱਕੀ ਆ ਤਾਂ ਓਪਨ ਕਰ ਲਈ ਅਸੀਂ ਹਾਂਜੀ ਸਰ ਆ ਦੇਖੋ ਐਪ ਓਪਨ ਹੋ ਚੁੱਕੀ ਹੈ ਐਪ ਇਹਦੇ ਸਾਨੂੰ ਲਿਖੇ ਮਿਲਦੇ ਥੱਲੇ ਹੋਮ ਕਮਿਊਨਿਟੀ ਮਾਈ ਕੰਟੈਂਟ ਤੇ ਸਟੋਰ ਜਿਹੜੇ ਸਟੂਡੈਂਟ ਨੇ ਐਡਮਿਸ਼ਨ ਲੈ ਲਿਆ ਉਹਨੂੰ ਜੇ ਕਲਾਸਾਂ ਨਹੀਂ ਲੱਭਦੀਆਂ ਤਾਂ ਉਹ ਮਾਈ ਕੰਟੈਂਟ ਤੇ ਜਾਓ ਇਥੇ ਲੱਭਣੀਆਂ ਜੀ ਤੁਹਾਨੂੰ ਕਲਾਸਾਂ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਆ ਉਹ ਥੱਲੇ ਸਟੋਰ ਤੇ ਜਾਓ ਸਟੋਰ ਤੇ ਜਾਣ ਤੋਂ ਬਾਅਦ ਸਰਚ ਕੀ ਕਰਨਾ ਹੈ ਪੰਜਾਬ ਮਹਾਪੈਕ ਸਾਰੇ ਕੋਲ ਪਹਿਲੇ ਨੰਬਰ ਤੇ ਹੈਗਾ ਪੰਜਾਬ ਮਹਾਪੈਕ ਤੇ ਓਕੇ ਕੀਤਾ ਜੀ ਜਿਵੇਂ ਹੀ ਇਹ ਤੇ ਓਕੇ ਕਰੋਗੇ ਤਾਂ ਤੁਹਾਨੂੰ ਕੁਝ ਇੰਟਰਫੇਸ ਖੁੱਲਿਆ ਮਿਲੂਗਾ ਜੀ ਠੀਕ ਆ ਜੀ ਜਿਹੜਾ ਇੰਟਰਫੇਸ ਖੁੱਲਿਆ ਮਿਲੂਗਾ ਉਹ ਕਿਦਾਂ ਦਾ ਹੈਗਾ ਦੇਖੋ ਇੱਥੇ ਲਿਖਿਆ ਹੋਇਆ 2499 ਰੁਪਏ ਪ੍ਰਾਈਜ਼ ਆ ਤੇ ਨਾਲ ਦੀ ਨਾਲ ਹੀ ਉੱਤੇ ਲਿਖਿਆ ਜੀ ME75 coupon applied ਉਹਨੇ ਪੈਸੇ ਮਾਈਨਸ ਕਰਤੇ ਹੁਣ ਜੇ ਤਾਂ ਕੱਲਾ ਡਿਸਕਾਊਂਟ ਚਾਹੀਦਾ ਫਿਰ ਤਾਂ ਤੁਹਾਨੂੰ ਮਿਲ ਹੀ ਰਿਹਾ ਅੱਜ ਕਿਹੜੀ ਗੱਲ ਆ ਪਰ ਹਾਂ ਜੇ ਹੋਰ ਪੈਸੇ ਬਚਾਉਣੇ ਆ ਥੋੜੇ ਜਿਹਾ ਹੋਰ ਪੈਸੇ ਬਚਾਉਣੇ ਆ 2500 ਤੋਂ 2200 ਤੇ ਲੈ ਕੇ ਆਉਣੇ ਮਤਲਬ 300 ਰੁਪਈਆ ਬਚਾਉਣਾ ਆ ਪਲੱਸ ਮੇਰੀਆਂ ਗਾਈਡੈਂਸ ਦੀਆਂ ਕਲਾਸਾਂ ਵਿੱਚ ਜੁੜਨਾ ਆ ਫਿਰ ਇਹਨੂੰ ਕਰੋ ਰਿਮੂਵ ਆਫਰ ਅਵੇਲੇਬਲ ਤੇ ਦੁਬਾਰਾ ਟਿਕ ਕਰੋ ਕਰਨ ਤੋਂ ਬਾਅਦ ਉੱਥੇ ਲਿਖਿਆ ਹੁਣ ਐਂਟਰ ਕੂਪਨ ਕੋਡ ਇੱਥੇ ਕਿਹੜਾ ਲਾ ਦੋ ਫਤਿਹ ਸਰਵਾਲਾ ਜੀ ਵਾਈ 565 ਹੁਣ ਕਰ ਦਿਓ ਅਪਲਾਈ ਜਿਵੇਂ ਹੀ ਕਰ ਦਿੱਤਾ ਹੁਣ ਹੋ ਗਿਆ ਜੀ 2299 ਰੁਪਏ ਦਾ ਮਤਲਬ 200 ਰੁਪਏ ਤਾਂ ਘੱਟ ਗਿਆ ਇੱਥੇ ਯੂਜ਼ ਕੁਆਇਨਸ ਵੀ ਹੈਗਾ ਇਹਨੂੰ ਟਿਕ ਕਰੋ ਹੁਣ ਰਹਿ ਗਿਆ 2199 ਮਤਲਬ 300 ਰੁਪਈਆ ਬਚ ਗਿਆ ਬਾਈ ਨਾਓ ਕਰ ਲਓ 300 ਰੁਪਈਆ ਵੀ ਬਚ ਗਿਆ ਤੇ ਨਾਲ ਦੀ ਨਾਲ ਫਤੇ ਸਰ ਦੀ ਗਾਈਡੈਂਸ ਵਾਲੀ ਕਲਾਸ 'ਚ ਵੀ ਸਾਨੂੰ ਹਿੱਸਾ ਪੈ ਜਾਊਗਾ ਜੀ ਪੀਡੀਐਫ ਕਿੱਥੋਂ ਮਿਲਣੀ ਆ ਸਰ ਪੀਡੀਐਫ ਹੈ ਨਹੀਂ ਗਈ ਅੱਜ ਚੈੱਕ ਕਰੋ ਕੱਲ ਵਾਲੀ ਵੀ ਮੈਂ ਨਹੀਂ ਪਾਈ ਮੈਂ ਕਿਹਾ ਤੁਹਾਨੂੰ ਅੱਜ ਵਾਲੀ ਪਾ ਦਊਂਗਾ ਤੇ ਕੱਲ ਵਾਲੀ ਦੋਨੋਂ ਇਕੱਠੀਆਂ ਹੀ ਪਾ ਦੂੰਗਾ ਸੁਖੀ ਅਕੂ ਜੀ ਹਾਂ ਠੀਕ ਆ ਜੀ ओके okay जी जहां फिर जे नहीं मिलती थोनू पता ही okay, आ टेलीग्राम ਦਾ ਗਰੁੱਪ ਮੇਰਾ ਫਤਿਹ ਸਰ ਪੰਜਾਬ ਦਾ 247 ਉਹਨੂੰ ਤੁਸੀਂ ਕਰ ਲਓ ਉੱਥੇ ਵੀ ਆਪਾਂ ਜਰੂਰ ਕਰ ਲਾਂਗੇ ਜੀ ਸਰ ਅ ਫਰਸਟ ਗੁਰਦੁਆਰਾ ਸਾਹਿਬ ओके शेयर 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 ਦਿਲਾ ਹਾਂ ਕੁਐਸਚਨ ਲੈ ਕੇ ਆਵਾਂਗੇ ਜੀ ਕਰ ਜਦੋਂ ਤੁਸੀਂ ਕੁਲਵਿੰਦਰ ਜਦੋਂ ਗਾਈਡ ਮਹਾਪੈਕ انرੋਲ ਕਰ ਲਿਆ ਜਿਵੇਂ ਜੋ ਕੋਈ ਨਵੇਂ ਬੈਚ ਦੀਆਂ ਕਲਾਸਾਂ ਆਉਣਗੀਆਂ ਉੱਥੇ ਮੈਂ ਦੱਸਦਾ ਹਾਂ ਮੇਰੀਆਂ ਗਾਈਡੈਂਸ ਦੀਆਂ ਕਲਾਸਾਂ ਕਿੱਥੇ ਮਿਲਦੀਆਂ ਨੇ ਬੈਚ ਚ ਹੁੰਦੀਆਂ ਨੇ ਸੈਪਰੇਟ ਨਹੀਂ ਹੁੰਦੀਆਂ ਬੈਚ ਵਿੱਚ ਹਰੇਕ ਬੈਚ ਮੈਂ ਗਾਈਡੈਂਸ ਦੀ ਕਲਾਸ ਲੈਣਾ ਜਾਂ ਤਿੰਨ-ਤਿੰਨ ਲੈਣਾ ਹਰੇਕ ਬੈਚ ਦੇ ਵਿੱਚ ਲਗਭਗ ਤਾਂ ਕਿ ਤੁਹਾਨੂੰ ਇੰਟਰਨਲੀ ਵੀ ਸਟਰੋਂਗ ਕਰ ਸਕਾਂ ਤੁਹਾਨੂੰ ਦੱਸਾਂ ਪੜ੍ਹਨਾ ਕਿਵੇਂ ਆ ਕੀ ਤਰੀਕਾ ਆ ਐਗਜ਼ਾਮੀਨੇਸ਼ਨ ਸੈਂਟਰ ਚ ਆ ਕਿਹੜੀਆਂ ਗੱਲਾਂ ਧਿਆਨ ਰੱਖਣਾ ਉਹ ਸਾਰਾ ਕੁਝ ਦੱਸਿਆ ਜਾਂਦਾ ਠੀਕ ਆ ਉਮੀਦ ਆ ਕਲਾਸ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹਾਂ ਡਿਸਕਾਊਂਟ ਕੋਡ ਜ਼ਰੂਰ ਧਿਆਨ ਜੋ ਨੂੰ ਗਾਈਡੈਂਸ ਨਹੀਂ ਚਾਹੀਦੀ ਉਹ ਕਿ ਘਟੂ ਘਟ ਪੈਸੇ ਦਾ ਉਹਦੇ ਬਾਚੀ ਜਾਣਗੇ 300 ਰੁਪਿਆ ਹੈਨਾ ਹਾਂ ਤੇ ਜਰੂਰ ਦੱਸ ਦਿਓ ਜੀ ਡਿਸਕਾਊਂਟ ਕੋਡ Y55 ਮਿਲਦੇ ਆ ਕੱਲ ਦੀ ਕਲਾਸ ਦੇ ਵਿੱਚ ਜਾਉਂਦੇ ਵਸਦੇ ਰਹੋ ਰੱਬ ਖੈਰ ਕਰੇ ਸਰ ਮੇਰਾ ਵੀ ਆਨਸਰ ਕਰ ਦਿਓ ਜੀ ਪਲੀਜ਼ ਹਰਮਨਦੀਪ ਹਰਮਨਪੁਰਾ ਉਹਨਾਂ ਨੂੰ ਪਤਾ ਨਹੀਂ ਭਰਾਇਆ ਕਿ ਪੈਣਾ ਤੂੰ ਹਰਮਨ ਤੇਰਾ ਹੁਣ ਕੁਐਸਚਨ ਕਿੱਥੋਂ ਲੱਭਾਂ ਮੈਂ ਹਰਮਨ ਕੁਐਸਚਨ ਨਹੀਂ ਲੱਭ ਰਿਹਾ ਤੁਹਾਡਾ ਜੀ ਕਮੈਂਟ ਬਾਕਸ ਪੁੱਛ ਲਓ ਬੱਚੇ ਹੁਣ ਤੁਹਾਡਾ ਕੁਐਸਚਨ ਨਹੀਂ ਲੱਭ ਰਿਹਾ ਜੀ ਠੀਕ ਹੈ ਓਕੇ ਜੀ ਸਸੀ ਕਾ ਸਾਰਾ ਨੂੰ ਬਾਏ ਬਾਏ ਜੀ ਬਾਏ ਕਿਰਪਾ ਕਰੇ